ਜਿਸ ਪੰਜਾਬੀ ਦੇਖਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਾਂ ਆਸ਼ਮਿਤਾ, ਤੁਸੀਂ ਵੇਖ ਰਹੇ ਹੋ ਅੱਜ ਦਾ ਮੁੱਦਾ। ਇਸ ਪ੍ਰੋਗਰਾਮ ਵਿੱਚ ਲਗਾਤਾਰ ਗੱਲ ਹੁੰਦੀ ਹੈ ਪੰਜਾਬ ਅਤੇ ਪੰਜਾਬ ਪੋਲੀਟਿਕਸ 'ਤੇ। ਇਸ ਪ੍ਰੋਗਰਾਮ ਦੀ ਮੇਨ ਆਡੀਅੰਸ ਹੈਗੀ ਜੋ ਬਾਹਰ ਦੇ ਮੁਲਕਾਂ ਵਿੱਚ ਵੱਸਦੇ NRIs ਪੰਜਾਬ ਦੇ ਨਾਲ ਜੁੜੇ ਹੋਏ ਆ, ਜਿਨ੍ਹਾਂ ਨੂੰ ਪੰਜਾਬ ਦੀ ਪੋਲੀਟਿਕਸ ਦੀ ਬਹੁਤ ਗਹਿਰੀ ਪਹਿਚਾਣ ਅਤੇ ਲੋੜ ਪੈਂਦੀ ਹੈ ਉਹਦੀ ਜਾਣਕਾਰੀ ਬਾਰੇ। ਬਟ ਉਨ ਪੋਲੀਟਿਕਸ ਦੀ ਜਾਣਕਾਰੀ ਦੇ ਨਾਲ NRIs ਦੇ ਜੋ ਮਸਲੇ ਹੁੰਦੇ ਹੈ ਉਹ ਹੱਲ ਹੁੰਦੇ ਹੈ? NRIs ਜੋ ਸਾਡੀ ਆਡੀਅੰਸ ਹੈਗੇ ਲਗਾਤਾਰ ਸਾਨੂੰ ਕੰਪਲੇਨ ਕਰਦੀ ਹੈ ਕਿ ਜਦੋਂ ਸਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਪੰਜਾਬ ਵਿੱਚ, ਸਾਡੇ ਕੋਲ ਕੋਈ ਸਿੰਪਲ ਰੋਡ ਮੈਪ, ਸਾਡੇ ਕੋਲ ਕੋਈ ਸਿੰਪਲ ਸਲਿਊਸ਼ਨ ਨਹੀਂ ਹੁੰਦਾ ਕਿ ਉੱਥੇ ਜਾ ਕੇ ਸਾਡੀ ਪ੍ਰੋਬਲਮ ਦਾ ਹੱਲ ਆਪਾਂ ਕੋਈ ਲੱਭ ਸਕੀਏ। NRIs ਦੀ ਕੰਟਰੀਬਿਊਸ਼ਨ ਪੰਜਾਬ ਵਿੱਚ ਕਿੰਨੀ ਵੱਡੀ ਹੈ ਇਹ ਕਹਿਣ ਦੀ ਵੀ ਲੋੜ ਨਹੀਂ ਹੈ, ਬਟ ਮੈਂ ਫਿਰ ਵੀ ਦੱਸਾਂਗੀ ਥੋੜ੍ਹੀ ਜਿਹੀ। ਭਾਵੇਂ ਉਹ ਉਹਨਾਂ ਦੀ ਇਨਵੈਸਟਮੈਂਟ ਹੋਏ ਉੱਥੇ ਦੇ ਬਿਜ਼ਨਸਿਸ ਵਿੱਚ, ਭਾਵੇਂ ਉਹ ਉਹਨਾਂ ਦੀ ਇੰਪਲੋਇਮੈਂਟ ਵਿੱਚ ਹੱਥ ਹੋਏ, ਭਾਵੇਂ ਤੁਸੀਂ ਇੱਕ ਹੀ ਜੋਬ ਉੱਥੇ ਕ੍ਰੀਏਟ ਕਰੇ, ਉਹ ਇੰਪਲੋਇਮੈਂਟ ਪੰਜਾਬ ਨੂੰ ਹੀ ਬੈਨੀਫਿਟ ਕਰ ਰਹੀ ਹੈ, ਭਾਵੇਂ ਉਹ ਜੋ ਸਪੋਰਟ ਇੱਥੋਂ ਫਾਈਨੈਂਸ਼ੀਅਲ ਸਪੋਰਟ ਕਰਦੇ ਉੱਥੇ ਦੇ ਪੋਲੀਟੀਸ਼ੀਅਨਸ ਨੂੰ ਉਹ ਹੋਏ। NRIs ਦੀ ਕੰਟਰੀਬਿਊਸ਼ਨ ਪੰਜਾਬ ਅਤੇ ਇੰਡੀਆ ਵੀ ਕਹਿ ਲਓ ਦੀ ਪੂਰੀ ਗਰੋਥ ਦੀ ਉਹਨੂੰ ਸਟਰੈਂਥਨ ਕਰਨ ਲਈ ਕਿੰਨੀ ਇੰਪੋਰਟੈਂਟ ਹੈ ਇਹ ਚੀਜ਼ ਕਹਿਣ ਦੀ ਵੀ ਲੋੜ ਨਹੀਂ ਬਣਦੀ। ਬਟ ਫਿਰ ਵੀ ਜਦੋਂ NRI ਨੂੰ ਕੋਈ ਇਸ਼ੂ ਆਉਂਦਾ ਹੈ ਐਂਡ ਉਹ ਪੰਜਾਬ ਵਿੱਚ ਜਾ ਕੇ ਉਸ ਇਸ਼ੂ ਨੂੰ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕਰਦਾ ਹੈ, ਉਹਨਾਂ ਦੇ ਨਾਲ ਕੀ ਟ੍ਰੀਟਮੈਂਟ ਹੁੰਦਾ ਹੈ ਇਹ ਤੁਸੀਂ ਸਾਰੇ ਜਾਣਦੇ ਹੋ। ਇਸ ਕਰਕੇ ਜਸ ਪੰਜਾਬੀ ਨੇ ਅੱਜ ਇਹ ਮਿਸ਼ਨ ਚੁੱਕਿਆ ਹੈ ਕਿ ਵਿਊਅਰਸ ਦੀ ਫੀਡਬੈਕ ਸੁਣ ਕੇ ਕਿ ਇਹ ਸੀਰੀਜ਼ ਸ਼ੁਰੂ ਕੀਤੀ ਜਾਏਗੀ ਮੁੱਦੇ ਵਿੱਚ ਇਸ ਪ੍ਰੋਗਰਾਮ ਵਿੱਚ, ਜਿਹਦੇ ਨਾਲ ਜੋ ਤੁਹਾਡੇ ਇਸ਼ੂਜ਼ ਹੋਏ ਹੈ NRI ਬਣ ਕੇ ਪੰਜਾਬ ਵਿੱਚ ਉਹ ਤੁਸੀਂ ਸਾਨੂੰ ਦੱਸੋਗੇ, ਅਤੇ ਸਾਡੇ ਵੱਲੋਂ ਐਫਰਟ ਚੁੱਕੀ ਜਾਏਗੀ ਕਿ ਤੁਹਾਨੂੰ ਸਪੋਰਟ ਕਰਨ ਲਈ ਕੀ ਔਰਗਨਾਈਜੇਸ਼ਨਸ ਹੈ, ਭਾਵੇਂ ਉਹ ਗਵਰਨਮੈਂਟ ਦੀ ਸਾਈਡ ਤੋਂ ਹੋਏ, ਭਾਵੇਂ ਉਹ ਪੁਲਿਸ ਦੀ ਸਾਈਡ ਤੋਂ ਹੋਏ, ਭਾਵੇਂ ਉਹ ਕੋਈ ਥਰਡ ਪਾਰਟੀ ਔਰਗਨਾਈਜੇਸ਼ਨ ਹੋਏ ਜੋ ਇਨ ਚੀਜ਼ਾਂ ਨੂੰ ਤੁਹਾਡੀ ਹੈਲਪ ਕਰਨ ਲਈ ਉੱਥੇ ਕ੍ਰੀਏਟ ਕਰ ਹੈਗੀ ਆ ਆਲਰੇਡੀ ਜਾਂ ਕ੍ਰੀਏਟ ਕਰਨੀ ਉਹਨਾਂ ਦੀ ਲੋੜ ਬਣਦੀ ਹੈ। ਮੇਨ ਜੋ ਸਾਡੇ ਨਾਲ ਇਸ਼ੂਜ ਸ਼ੇਅਰ ਹੋਏ ਹੈ ਇਸ ਬਾਰੇ, ਉਹ ਦੋ ਤਿੰਨ ਹੀ ਮੇਨ ਵੱਡੇ ਵੱਡੇ ਇਸ਼ੂਜ ਆਉਂਦੇ ਹੈ। ਮੈਂ ਤੁਹਾਨੂੰ ਵੀ ਕਹਾਂਗੀ ਤੁਸੀਂ ਵੀ ਕਾਲ ਕਰਕੇ ਸ਼ੇਅਰ ਕਰੋ ਜੋ ਤੁਹਾਡੀ ਪਰਸਨਲ ਸਟੋਰੀਜ਼ ਅਤੇ ਐਕਸਪੀਰੀਅੰਸਿਸ ਹੈਗੇ ਇਸ ਬਾਰੇ, ਬਟ ਜੋ ਇਸ਼ੂ ਸਾਡੇ ਨਾਲ ਅਜੇ ਤੱਕ ਸ਼ੇਅਰ ਕੀਤੇ ਗਏ ਹੈ ਉਹ ਹੈਗੇ ਪ੍ਰਾਈਮਰੀਲੀ ਪ੍ਰੋਪਰਟੀ ਡਿਸਪਿਊਟਸ, ਜਿੱਦਾਂ ਤੁਹਾਡੀ ਖਾਨਦਾਨੀ ਜਾਇਦਾਦ ਉਹਦੇ ਨਾਲ ਕੋਈ ਕਬਜ਼ਾ ਹੋਇਆ, ਕੋਈ ਇਸ ਤਰ੍ਹਾਂ ਦਾ ਟ੍ਰੀਟਮੈਂਟ ਹੋਇਆ। ਦ ਸੈਕਿੰਡ ਇਸ਼ੂ ਇਜ਼ ਮੈਰਿਜ ਫਰੋਡ, ਕਿ ਇੱਥੇ ਦੇ NRIs ਜਾ ਕੇ ਉੱਥੇ ਵਿਆਹ ਕਰਾ ਕੇ ਆ ਜਾਂਦੇ ਅਤੇ ਉਹਨਾਂ ਦੇ ਨਾਲ ਫਰੋਡ ਹੁੰਦਾ ਹੈ। ਅਤੇ ਤੀਜੀ ਚੀਜ਼ ਬੋਗੇਸ FIRs, ਕਿ ਕਿਸੇ NRI ਨੂੰ ਤਕਲੀਫ ਪਹੁੰਚਾਉਣ ਲਈ ਤੁਸੀਂ ਪੰਜਾਬ ਵਿੱਚ ਉਹਨਾਂ 'ਤੇ ਗਲਤ FIR ਦਰਜ ਕਰਵਾ ਦਿਓ, ਅਤੇ ਜਦੋਂ ਉੱਥੇ ਜਾਂਦੇ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਉਹਨਾਂ ਦੇ ਖਿਲਾਫ ਇਹ FIR ਦਰਜ ਹੋਈ ਹੈ। ਇਹ ਤਿੰਨ ਤਾਂ ਮੇਨ ਇਸ਼ੂਜ਼ ਸਾਡੇ ਨਾਲ ਅੱਜ ਤੱਕ ਸ਼ੇਅਰ ਹੋਏ ਹੈ। ਤੁਸੀਂ ਵੀ ਸਾਨੂੰ ਦੱਸੋ ਕਿ ਕੀ ਤੁਹਾਡੇ ਇਸ਼ੂਜ਼ ਹੈ ਜਦੋਂ ਤੁਸੀਂ NRI ਦੇ ਤੌਰ 'ਤੇ ਪੰਜਾਬ ਜਾਂਦੇ ਹੋ, ਤੁਹਾਨੂੰ ਕੀ ਚੀਜ਼ਾਂ ਤਕਲੀਫ ਦਿੰਦੀ ਹੈ ਐਂਡ ਤੁਸੀਂ ਕਿਸ ਤਰ੍ਹਾਂ ਉਹਨਾਂ ਨੂੰ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕਰਦੇ ਹੋ ਐਂਡ ਕੀ ਤੁਹਾਡਾ ਐਕਸਪੀਰੀਅੰਸ ਹੋਇਆ ਇਸ ਬਾਰੇ। ਇਨ ਐਕਸਪੀਰੀਅੰਸਿਸ ਨੂੰ ਲੈ ਕੇ ਆਪਾਂ ਉਨ ਗਵਰਨਮੈਂਟ ਜਾਂ ਪੁਲਿਸ ਔਰਗਨਾਈਜੇਸ਼ਨਸ ਨੂੰ ਰੀਚ ਆਊਟ ਕਰਕੇ ਪੁੱਛਾਂਗੇ ਕਿ ਤੁਸੀਂ ਸੱਚੀ ਵਿੱਚ NRIs ਲਈ ਕੁਛ ਕਰ ਰਹੇ ਹੋ ਉਹਨਾਂ ਨੂੰ ਹੈਲਪ ਕਰਨ ਲਈ। ਜੋ NRIs ਤੁਹਾਨੂੰ ਇੰਨੀ ਸਪੋਰਟ ਕਰਦੇ ਹੈ, ਜੋ NRIs ਬਾਹਰ ਦੇ ਮੁਲਕਾਂ 'ਚ ਰਹਿ ਕੇ ਉੱਥੇ ਵੀ ਆਪਣੀ ਜ਼ਿੰਦਗੀ ਬਣਾਉਂਦੇ, ਉੱਥੇ ਦੀ ਵੀ ਆਪਣੀ ਪੂਰੀ ਰਿਸਪੋਂਸੀਬਿਲਿਟੀਜ਼ ਨਿਭਾਉਂਦੇ ਹੈ ਅਤੇ ਪਿੱਛੇ ਪੰਜਾਬ ਨੂੰ ਵੀ ਸਪੋਰਟ ਕਰਦੇ ਹੈ, ਉਹਨਾਂ ਨੂੰ ਤੁਸੀਂ ਅਪਰੀਸ਼ੀਏਟ ਅਤੇ ਸਪੋਰਟ ਕਰ ਰਹੇ ਹੋ, ਚਲੋ ਨਾ ਵੀ ਸਪੋਰਟ ਕਰੋ ਬਟ ਤੁਸੀਂ ਉਹਨਾਂ ਨੂੰ ਹੈਰਾਸ ਤਾਂ ਨਾ ਕਰੋ। ਇਹ ਚੀਜ਼ ਇਸ ਦਿਨ ਅੱਜ ਐਗਜ਼ਿਸਟ ਕਰਦੀ ਹੈ ਪੰਜਾਬ ਵਿੱਚ, ਇਹ ਸਾਡਾ ਅੱਜ ਦਾ ਮੁੱਦਾ ਹੈ। ਇਸ ਗੱਲ ਕਰਨ ਲਈ ਆਪਾਂ ਦੋ ਤਿੰਨ ਚੀਜ਼ਾਂ ਡਿਸਕਸ ਕਰਾਂਗੇ। ਪਿਛਲੇ ਸਾਲ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਬਣਾਇਆ ਸੀ NRI ਅਫੇਅਰਸ ਦਾ ਮਿਨਿਸਟਰ। ਸੋਢੀ ਮਿਨਿਸਟਰ ਸੋਢੀ ਨੇ ਕੁਛ ਚੀਜ਼ਾਂ
ਐਲਾਨ ਕੀਤੀਆਂ ਕਿ ਐਨ ਆਰ ਆਈਜ਼ ਲਈ ਇਹ ਚੀਜ਼ਾਂ ਕ੍ਰੀਏਟ ਕੀਤੀ ਜਾਣਗੀ ਪੰਜਾਬ ਗਵਰਨਮੈਂਟ ਵਿੱਚ। ਅੱਜ ਮੈਂ ਪੁੱਛਣਾ ਚਾਹਾਂਗੀ, ਇਹ ਚੀਜ਼ਾਂ ਕ੍ਰੀਏਟ ਹੋਈਆਂ ਜਿੱਦਾਂ ਉਹਨਾਂ ਨੇ ਐਲਾਨ ਕੀਤਾ ਸੀ, ਇਹਦੇ 'ਚ ਸਪੈਸੀਫਿਕਲੀ ਉਹਨਾਂ ਨੇ ਇੱਕ ਮੈਕਨਿਜ਼ਮ ਕਹੀ ਸੀ ਕਿ ਉਹਨਾਂ ਨੇ ਬਣਾਉਣੀ ਸੀ ਕਿ ਛੇਤੀ ਜੋ ਐਨ ਆਰ ਆਈਜ਼ ਦੀ ਗਰੀਵੈਂਸਿਸ ਹੈਗੀਆਂ ਸਪੈਸੀਫਿਕਲੀ ਪ੍ਰੋਪਰਟੀ ਅਤੇ ਮੈਰਿਜ, ਉਹ ਛੇਤੀ ਰਿਜ਼ੋਲਵ ਹੋਣ। ਬਿਕੋਜ਼ ਜਦੋਂ ਇੱਕ ਐਨ ਆਰ ਆਈ ਵਾਪਸ ਇੰਡੀਆ ਜਾਂਦਾ ਹੈ, ਉਹਨਾਂ ਦੇ ਕੋਲ ਜ਼ਿਆਦਾ ਟਾਈਮ ਨਹੀਂ ਹੁੰਦਾ। ਇਹ ਤਾਂ ਸਭ ਤੋਂ ਪਹਿਲੀ ਚੀਜ਼ ਸੀਗੀ। ਇਹ ਇਨਫੋਰਸ ਹੋ ਰਹੀ ਹੈ, ਇਹ ਕ੍ਰੀਏਟ ਵੀ ਹੋਈ ਜਿੱਦਾਂ ਇਹਨਾਂ ਨੇ ਕਿਹਾ ਸੀ। ਦੂਜੀ ਚੀਜ਼ ਇਹਨਾਂ ਨੇ ਕਿਹਾ ਸੀ ਕਿ ਜੋ ਬੱਚੇ F1 ਜਾਂ ਹੋਰ ਵੀਜ਼ਾਜ਼ ਲੈ ਕੇ ਪੰਜਾਬ ਤੋਂ ਅਬਰੋਡ ਆਉਂਦੇ ਆ ਪੜ੍ਹਾਈ ਕਰਨ ਲਈ, ਉਹਨਾਂ ਨੂੰ ਸਪੋਰਟ ਮਿਲ ਰਹੀ ਹੈ। ਉਹਨਾਂ ਨੂੰ ਜੋ ਉੱਥੇ ਔਰਗਨਾਈਜੇਸ਼ਨਸ ਪ੍ਰੋਮਿਸ ਕਰਦੀਆਂ ਕਿ ਤੁਹਾਨੂੰ ਵੀਜ਼ਾ ਲੈ ਕੇ ਉੱਥੇ ਇੰਪਲੋਇਮੈਂਟ ਮਿਲ ਜਾਊਗੀ, ਭਾਵੇਂ ਉਹ USA ਹੋਏ, ਕੈਨੇਡਾ ਹੋਏ, UK, ਆਸਟ੍ਰੇਲੀਆ, ਉਹ ਔਰਗਨਾਈਜੇਸ਼ਨਸ 'ਤੇ ਕੋਈ ਵੀ ਚੈੱਕ ਹੋ ਰਿਹਾ ਪੰਜਾਬ ਵਿੱਚ, ਤਾਂ ਕਿ ਉਹ ਬੱਚੇ ਜਦੋਂ ਅਮੈਰੀਕਾ ਜਾਂ ਕਿਸੇ ਵੀ ਵੈਸਟਰਨ ਕੰਟਰੀ ਵਿੱਚ ਆਉਂਦੇ, ਉਹਨਾਂ ਨੂੰ ਕਲੀਅਰ ਪਿਕਚਰ ਦੱਸੀ ਜਾਂਦੀ ਹੈ ਤੁਹਾਨੂੰ ਕਿਸ ਤਰ੍ਹਾਂ ਦੀ ਨੌਕਰੀ ਮਿਲ ਸਕਦੀ ਹੈ। ਇਹ ਚੀਜ਼ਾਂ ਗਵਰਨਮੈਂਟ ਨੇ ਕਹੀਆਂ ਸੀ ਕਿ ਉਹ ਕਰਨਗੇ ਐਨ ਆਰ ਆਈਜ਼ ਲਈ। ਸਾਡਾ ਹੁਣ ਇਹ ਇੱਥੇ ਅੱਜ ਮਿਸ਼ਨ ਹੈਗਾ ਫਾਇੰਡ ਆਊਟ ਕਰਨਾ, ਤੁਹਾਡੇ ਐਕਸਪੀਰੀਅੰਸਿਸ ਨੂੰ ਸੁਣ ਕੇ ਕਿ ਇਹ ਚੀਜ਼ ਪੰਜਾਬ ਵਿੱਚ ਹੋ ਰਹੀ ਹੈ ਇਨੈਕਟ, ਐਂਡ ਅਗਰ ਨਹੀਂ ਹੋ ਰਹੀ, ਅਗਰ ਇਹ ਸਲਿਊਸ਼ਨ ਸਿਰਫ ਗੱਲਾਂ ਵਿੱਚ ਹੋ ਰਹੇ, ਹਵਾ 'ਚ ਗੱਲਾਂ ਹੋ ਰਹੀਆਂ, ਤਾਂ ਸਾਡੇ ਵੱਲੋਂ ਕੀ ਐਫਰਟਸ ਦੀ ਲੋੜ ਹੈ ਇਨ ਚੀਜ਼ਾਂ ਨੂੰ ਬਣਾਉਣ ਲਈ। ਬਿਕੋਜ਼ ਜੋ ਐਨ ਆਰ ਆਈ ਦਾ ਲਗਾਵ ਹੈ ਪੰਜਾਬ ਦੇ ਵਿੱਚ, ਜੋ ਐਨ ਆਰ ਆਈ ਦੀ ਜੜ੍ਹਾਂ ਉੱਥੇ ਹੈਗੀਆਂ, ਉਹ ਤਾਂ ਆਪਾਂ ਛੱਡ ਨਹੀਂ ਸਕਦੇ, ਉਹ ਤਾਂ ਮਿਟ ਨਹੀਂ ਸਕਦੀ। ਅਤੇ ਐਨ ਆਰ ਆਈ ਨੇ ਪੰਜਾਬ ਜਾਣਾ ਹੀ ਜਾਣਾ ਹੈ, ਐਨ ਆਰ ਆਈ ਨੇ ਉੱਥੇ ਆਪਣੀ ਜਾਇਦਾਦ ਲਈ ਜਾਣਾ, ਆਪਣੀ ਸ਼ਾਦੀ ਲਈ ਜਾਣਾ, ਆਪਣੀ ਫੈਮਿਲੀ ਨੂੰ ਵਿਜ਼ਿਟ ਕਰਨ ਜਾਣਾ, ਬੱਚਿਆਂ ਨੂੰ ਆਪਣੀ ਕਲਚਰ ਨਾਲ ਜੋੜਨ ਜਾਣਾ, ਆਪਣੇ ਗੁਰੂ ਘਰ ਵਿਜ਼ਿਟ ਕਰਨ ਜਾਣਾ। ਅਤੇ ਜਦੋਂ ਉਹ ਜਾਂਦੇ ਉੱਥੇ, ਉਹਨਾਂ ਨੂੰ ਇੰਨੇ ਮਸਲੇ ਆਉਂਦੇ ਹੈ ਕਿ ਐਨ ਆਰ ਆਈ ਸੋਚਦਾ ਕਿ ਮੈਂ ਤਾਂ ਉੱਥੇ ਜਾ ਕੇ ਕੀ ਕਰਨਾ। ਇਸ ਸਵਾਲ ਦਾ ਕੁਐਸਚਨ ਅੱਜ ਆਪਾਂ ਕਰਾਂਗੇ। ਤੁਸੀਂ ਕਾਲ ਕਰਕੇ ਮੈਨੂੰ ਦੱਸੋ ਤੁਹਾਡੇ ਕੀ ਸਪੈਸੀਫਿਕ ਐਕਸਪੀਰੀਅੰਸਿਸ ਰਹੇ, ਭਾਵੇਂ ਉਹ ਤੁਹਾਡੀ ਜਾਇਦਾਦ ਦਾ ਐਕਸਪੀਰੀਅੰਸ ਹੋਏ, ਭਾਵੇਂ ਤੁਹਾਡੇ ਵਿਆਹ ਦਾ ਐਕਸਪੀਰੀਅੰਸ ਹੋਏ, ਕੋਈ ਵੀ ਹੋਰ ਐਕਸਪੀਰੀਅੰਸ ਹੋਏ। ਅਗਰ ਤੁਸੀਂ ਕੋਈ ਬਿਜ਼ਨਸਮੈਨ ਹੈਗੇ, ਆਂਟਰਪ੍ਰਨਿਊਰ ਹੋ, ਜਿਹਨੇ ਪੰਜਾਬ ਵਿੱਚ ਕੋਈ ਬਿਜ਼ਨਸ ਸ਼ੁਰੂ ਕੀਤਾ ਹੈ ਬਟ ਤੁਸੀਂ ਇੱਥੇ ਵੱਸਦੇ ਹੋ, ਐਂਡ ਤੁਹਾਨੂੰ ਉੱਥੇ ਕੋਈ ਪ੍ਰੋਬਲਮ ਆ ਰਹੀ ਹੈ, ਤੁਹਾਨੂੰ ਉੱਥੇ ਦੇ ਕੋਈ ਲੋਕਲ ਲੋਕ ਤੁਹਾਨੂੰ FIR ਦੇ ਰਾਹੀਂ ਜਾਂ ਕਿਸੇ ਹੋਰ ਤਰੀਕੇ ਨਾਲ ਤੁਹਾਨੂੰ ਹਰਾਸ ਕਰਨ ਦੀ ਕੋਸ਼ਿਸ਼ ਕਰ ਰਿਹਾ, ਅਤੇ ਤੁਹਾਡੇ ਉਸ ਬਾਰੇ ਕੀ ਐਕਸਪੀਰੀਅੰਸਿਸ ਰਹੇ, ਤੁਹਾਨੂੰ ਕਿੰਨੇ ਸਪੋਰਟ ਕੀਤੀ, ਤੁਹਾਨੂੰ ਕਿੰਨੇ ਹੈਲਪ ਕੀਤੀ, ਅਤੇ ਤੁਹਾਨੂੰ ਕਿੰਨੇ ਹੋਰ ਪ੍ਰੋਬਲਮ ਕ੍ਰੀਏਟ ਕੀਤੀ। ਬਿਕੋਜ਼ ਸਾਡਾ ਅੱਜ ਇਹੀ ਮੁੱਦਾ ਹੈ ਕਿ ਆਪਾਂ ਫਾਇੰਡ ਆਊਟ ਕਰਨਾ ਹੈ। ਕੁਛ ਲੋਕਾਂ ਦੇ ਤਾਂ ਕਨੈਕਸ਼ਨ ਹੁੰਦੇ ਆ, ਉਹਨਾਂ ਨੂੰ ਪਤਾ ਹੁੰਦਾ ਕਿ ਇਸ ਮਿਨਿਸਟਰ ਨੂੰ ਫੋਨ ਕਰ ਲਓ, ਇਸ ਬੰਦੇ ਨੂੰ, ਕਮਿਸ਼ਨਰ ਨੂੰ ਫੋਨ ਕਰ ਲਓ, ਸਾਡੀ ਪ੍ਰੋਬਲਮ ਟੇਕ ਕੇਅਰ ਹੋ ਜਾਊਗੀ। ਬਟ ਜੋ ਆਮ ਆਦਮੀ ਹੈ, ਜੋ ਐਵਰੇਜ ਬੰਦਾ ਐਨ ਆਰ ਆਈ ਵੱਸਦਾ ਹੈ ਬਾਹਰ ਦੇ ਮੁਲਕਾਂ ਵਿੱਚ, ਉਹਨਾਂ ਨੂੰ ਜਦੋਂ ਕੋਈ ਪ੍ਰੋਬਲਮ ਆਉਂਦੀ ਹੈ, ਉਹ ਕਿਸ ਤਰ੍ਹਾਂ ਉਸ ਪ੍ਰੋਬਲਮ ਨੂੰ ਰਿਜ਼ੋਲਵ ਕਰ ਸਕਦੇ ਆ, ਆਪਾਂ ਗੱਲ ਕਰਦੇ ਹਾਂ। ਬਟ ਆਪਾਂ ਇੱਥੇ ਰੁਕਾਂਗੇ ਇੱਕ ਛੋਟੀ ਜਿਹੀ ਬ੍ਰੇਕ ਲਈ, ਤੁਸੀਂ ਵੀ ਜੁੜੇ ਰਹੋ। ਬ੍ਰੇਕ ਤੋਂ ਬਾਅਦ ਸਾਰਿਆਂ ਦਾ ਸਵਾਗਤ ਹੈ। ਗੱਲ ਹੋ ਰਹੀ ਹੈ ਐਨ ਆਰ ਆਈਜ਼ ਦੇ ਮਸਲੇ ਪੰਜਾਬ ਵਿੱਚ, ਐਨ ਆਰ ਆਈਜ਼ ਜਿਨ੍ਹਾਂ ਦੀ ਇੰਨੀ ਕੰਟਰੀਬਿਊਸ਼ਨ ਹੈ ਪੰਜਾਬ ਦੀ ਗਰੋਥ ਵਿੱਚ, ਅਤੇ ਉਹਨਾਂ ਨੂੰ ਇੰਨੇ ਇਸ਼ੂਜ਼ ਆਉਂਦੇ ਹੈ, ਐਂਡ ਉਹਨਾਂ ਲਈ ਇਸ਼ੂਜ਼ ਲਈ ਕੋਈ ਹੱਲ ਉਹਨਾਂ ਨੂੰ ਪ੍ਰਜੈਂਟ ਨਹੀਂ ਕੀਤਾ ਜਾਂਦਾ, ਇਹ ਗੱਲ ਹੋ ਰਹੀ ਹੈ। ਤੁਹਾਡੇ ਵਿਊਅਰਸ ਦੀ ਕੰਪਲੇਂਟਸ ਦੇ ਨਾਲ ਇਹ ਅੱਜ ਮੁੱਦਾ ਚੁੱਕਿਆ ਗਿਆ, ਅਤੇ ਤੁਹਾਡੇ ਹੀ ਐਕਸਪੀਰੀਅੰਸਿਸ ਅਤੇ ਡੇਟਾ ਦੇ ਨਾਲ ਜਸ ਪੰਜਾਬੀ ਦੀ ਟੀਮ, ਭਾਵੇਂ ਉਹ ਪੰਜਾਬ ਦੇ ਵਿੱਚ ਚੰਡੀਗੜ੍ਹ ਵਿੱਚ ਜੋ ਸਾਡੀ ਬੈਠੀ ਟੀਮ ਹੈ, ਜਾ ਕੇ ਉੱਥੇ ਲੱਭੇਗੀ ਕੀ ਹੱਲ ਹੈ, ਕਿ ਕਿਸ ਏਜੰਸੀਜ਼ ਨੂੰ ਇੰਪਰੂਵ ਕਰਨਾ ਚਾਹੀਦਾ, ਤਾਂ ਕਿ ਜੋ ਐਨ ਆਰ ਆਈਜ਼ ਹੈ ਉਹਨਾਂ ਦੀ ਪ੍ਰੋਬਲਮਸ ਦੇ ਸਲਿਊਸ਼ਨਸ ਛੇਤੀ ਅਤੇ ਪ੍ਰੋਪਰਲੀ ਪ੍ਰੋਵਾਈਡ ਕਰ ਜਾਣ। ਕਾਲਰ ਜੁੜ ਚੁੱਕੇ, ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹਾਂਜੀ, ਮੈਂ ਗੁਰਦੀਪ ਸਿੰਘ ਸੰਦਰ ਓਕਲਾਹੋਮਾ ਦੇ ਟਲਸਾ ਸ਼ਹਿਰ ਵਿੱਚੋਂ ਬੋਲ ਰਿਹਾ। ਸਤਿ ਸ਼੍ਰੀ ਅਕਾਲ ਜੀ, ਦੱਸੋ ਤੁਹਾਡਾ ਕੀ ਵਿਚਾਰ ਹੈ ਇਸ ਮੁੱਦੇ ਬਾਰੇ। ਹਾਂਜੀ, ਮੇਰਾ ਕੁਛ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਉਹ ਜਿਹੜੇ ਤਿੰਨ ਚਾਰ ਟੌਪਿਕ ਤੁਹਾਡੇ ਕੋਲ ਆਉਂਦੇ ਨੇ, ਮੇਰਾ ਉਹਨਾਂ ਤੋਂ ਅਲੱਗ ਇਸ਼ੂ ਹੈ ਕਿ ਮੈਂ ਆਰਮੀ ਦਾ ਰਿਟਾਇਰਡ ਹਾਂ, ਇੰਡੀਅਨ ਆਰਮੀ ਦਾ। ਮੈਂ 1970 ਚ ਭਰਤੀ ਹੋਇਆ, ਤੇ ਜਿੱਦਾਂ ਹੀ ਮੈਂ ਟ੍ਰੇਨਿੰਗ ਕਰਕੇ ਨਿਕਲਿਆ, 71 ਦੀ ਵਾਰ ਲੱਗੀ, ਤੇ ਮੈਨੂੰ ਉਹਨਾਂ ਨੇ
ਬੰਗਲਾਦੇਸ਼ ਦੀ ਵਾਰ ਵਿੱਚ ਕੱਲਿਆ ਸੀ ਸਰਦਾਰ ਜਗਜੀਤ ਸਿੰਘ ਅਰੋੜਾ ਜੀ ਦੀ ਕਮਾਨ ਦੇ ਹੇਠ ਅਸੀਂ ਜਿੱਤੇ ਪਰ ਅਸੀਂ ਕਿਸੇ ਤਰ੍ਹਾਂ ਬਚ ਗਏ ਉਹ ਸਾਡੀ ਕਿਸਮਤ ਸੀ ਪਰ ਅਸੀਂ ਦੇਸ਼ ਦੀ ਲਈ ਜਿੱਤੇ ਸਾਡੀ ਮੇਰੀ ਪੈਨਸ਼ਨ ਇਹਨਾਂ ਨੇ 15 ਸਾਲਾਂ ਤੋਂ ਬੰਦ ਕਰ ਰੱਖੀ ਹੈ ਮੈਂ ਪੰਜਾਬ ਜੰਮਿਆ ਪਲਿਆ ਰੇਜ ਹੋਇਆ ਪਰ ਫਿਰ ਅਸੀਂ ਮਾਈਗ੍ਰੇਸ਼ਨ ਹੋ ਗਏ ਯੂਪੀ ਯੂਪੀ ਦੇ ਜੰਗਲਾਂ ਨੂੰ ਸ਼ੇਰਾਂ ਦੇ ਅਤੇ ਸੱਪਾਂ ਦੇ ਮੂੰਹਾਂ ਵਿੱਚੋਂ ਜ਼ਮੀਨ ਨੂੰ ਆਬਾਦ ਕੀਤਾ ਉਹ ਵੀ ਸਾਡੇ ਅਸੀਂ ਦੇਸ਼ ਲਈ ਕੰਮ ਕੀਤਾ ਉਸ ਤੋਂ ਬਾਅਦ ਭਰਤੀ ਹੋਏ ਭਰਤੀ ਹੋਣ ਤੋਂ ਬਾਅਦ ਜਿੰਨੇ ਵੀ ਸਾਲ ਅਸੀਂ ਰਹੇ ਉੱਥੇ ਭਰਤੀ ਹੋਏ ਸਾਡੀ ਪੈਨਸ਼ਨ 15 ਸਾਲ ਤੋਂ ਮੇਰੀ ਨਹੀਂ ਬੰਦ ਕਰਤੀ ਹੈ ਮੈਂ 23 ਸਾਲ ਤੋਂ ਇੱਥੇ ਹਾਂ ਯੂਪੀ ਗੌਰਮੈਂਟ 'ਚ ਮੇਰੀ ਬੈਂਕ ਆ ਉਹ ਕੋਈ ਹੱਥ ਪੱਲਾ ਨਹੀਂ ਫੜਾਉਂਦੇ ਉਹ ਕਹਿੰਦੇ ਉੱਥੇ ਇਲਾਹਾਬਾਦ ਚਲੇ ਜਾਓ ਉੱਥੇ ਸਾਡਾ ਮੇਨ ਆਫਿਸ ਆ ਉੱਥੇ ਮੇਰੇ ਚਾਚੇ ਦੀ ਵੀ ਬੰਦ ਕਰਤੀ ਉਹ ਹੁਣ ਜਾ ਕੇ ਆਏ ਪਿਛਲੇ ਮਹੀਨੇ 2 ਮਹੀਨੇ ਉੱਥੇ ਰਹੇ ਕਿਸੇ ਨੇ ਪੱਲਾ ਨਹੀਂ ਫੜਾਇਆ ਕੋਈ ਆਫਿਸ ਨਹੀਂ ਕੋਈ ਕੁਛ ਨਹੀਂ ਦੱਸਦਾ ਇੱਥੋਂ ਸਰਟੀਫਿਕੇਟ ਲਿਆਓ ਇੱਥੋਂ ਉਹ ਲੈ ਆਓ ਉੱਥੋਂ ਉਹ ਲੈ ਆਓ ਚੱਕਰ ਘੁਮਾ ਕੇ 2-3 ਮਹੀਨੇ ਸਾਡੇ ਕੋਲ ਆਉਂਦੇ ਆ ਸਾਨੂੰ ਘੁਮਾ ਫਿਰਾ ਕੇ ਇੱਥੇ ਭੇਜ ਦਿੰਦੇ ਆ ਅਸੀਂ ਆਪਣੇ ਦੇਸ਼ ਲਈ ਲੜਾਈ ਕੀਤੀ ਅਸੀਂ ਆਪਣੇ ਦੇਸ਼ ਲਈ ਜ਼ਮੀਨਾਂ ਆਬਾਦ ਕੀਤੀਆਂ ਜੰਗਲ ਆਬਾਦ ਕੀਤੇ ਸਿਰਾਂ ਦੇ ਮੂੰਹ ਦੇ ਉੱਤੇ ਅਸੀਂ ਪੈਰ ਰੱਖੇ ਸਾਡੀ ਉਸ ਦੇਸ਼ ਨੇ ਕੋਈ ਕਦਰ ਨਹੀਂ ਪਾਈ ਸਾਡੀ ਇਸ ਦੇਸ਼ ਨੇ ਕਦਰ ਪਾਈ ਹੈ ਮੈਂ ਬਹੁਤ ਰਿਸਪੈਕਟ ਕਰਦਾ ਅਮੈਰੀਕਾ ਦੀ ਪਰ ਜੇ ਕੁਛ ਹੋ ਸਕਦਾ ਤਾਂ ਕੋਈ ਫੌਜੀਆਂ ਦੇ ਲਈ ਜਿਹਨਾਂ ਦੀਆਂ ਪੈਨਸ਼ਨਾਂ ਏਦਾਂ ਰੁਕੀਆਂ ਪਈਆਂ ਉਹਨਾਂ ਲਈ ਕੋਈ ਆਫਿਸ ਵਗੈਰਾ ਖੁੱਲ ਜਾਏ ਉਹ ਐਪਲੀਕੇਸ਼ਨ ਲਿਖ ਦੇ ਗੁਰਦੀਪ ਜੀ ਮੈਂ ਹਾਂਜੀ ਗੁਰਦੀਪ ਜੀ ਮੈਂ ਇਸ ਚੀਜ਼ ਦਾ ਨੋਟ ਬਣਾ ਲਿਆ ਇਸ ਚੀਜ਼ 'ਤੇ ਜ਼ਰੂਰ ਆਪਾਂ ਕੋਸ਼ਿਸ਼ ਕਰਾਂਗੇ ਅਤੇ ਰੀਸਰਚ ਕਰਾਂਗੇ ਕਿਉਂ ਨਹੀਂ ਤੁਹਾਨੂੰ ਪੈਨਸ਼ਨ ਮਿਲਦੀ ਆਪਾਂ ਅਮੈਰੀਕਾ ਰਹਿੰਦੇ ਹਾਂ ਇੱਥੇ ਇੰਨੀ ਜ਼ਿਆਦਾ ਜਿੱਦਾਂ ਕਹਿ ਲਓ ਅਪਰੀਸ਼ੀਏਸ਼ਨ ਅਤੇ ਵੈਟਰਨਸ ਲਈ ਜੋ ਕੰਟਰੀ ਲਈ ਲੜਦੇ ਆ ਆਪਣੀ ਜਾਨ ਨੂੰ ਸੈਕਰੀਫਾਈਸ ਕਰਕੇ ਲੜਦੇ ਆ ਉਹਨਾਂ ਲਈ ਕਿੰਨੀ ਰਿਸਪੈਕਟ ਅਤੇ ਅਪਰੀਸ਼ੀਏਸ਼ਨ ਹੁੰਦੀ ਹੈ ਯੂਨਾਈਟਿਡ ਸਟੇਟਸ ਵਿੱਚ ਅਤੇ ਇੰਡੀਆ ਵਿੱਚ ਜਿੰਨੇ ਇੱਥੇ ਇੰਨੇ ਲੋਕ ਉੱਥੇ ਮਿਲਟਰੀ ਵਿੱਚ ਭਗਤੀ ਹੈਗੇ ਉਹਨਾਂ ਲਈ ਪੈਨਸ਼ਨ ਤੱਕ ਨਹੀਂ ਉਹਨਾਂ ਨੂੰ ਮਿਲਦੀ ਹੋਰ ਕਾਲਰਸ ਨਾਲ ਸੁਣਦੇ ਹਾਂ ਸਤਿ ਸ਼੍ਰੀ ਅਕਾਲ ਤੁਸੀਂ ਔਨ ਏਅਰ ਹੋ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਨਾਰਥਰਨ ਕੈਲੀਫੋਰਨੀਆ ਤੋਂ ਬੋਲ ਰਹੇ ਹਾਂ ਜੀ ਹਾਂਜੀ ਤੁਹਾਡਾ ਨਾਮ ਨਾਰਥਰਨ ਕੈਲੀਫੋਰਨੀਆ ਮੇਰਾ ਨਾਮ ਹਰਮੇਸ਼ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਬਹੁਤ ਵਧੀਆ ਟੌਪਿਕ ਲੈ ਕੇ ਆਏ ਆ ਜੀ ਤਾਂ ਪਲੀਜ਼ ਅਲਾਓ ਮੀ ਫੋਰ ਕਪਲ ਆਫ ਮਿੰਟਸ ਜੀ ਦੱਸੋ ਯੂ ਨੋ ਜਿੱਦਾਂ ਹੁਣ ਇੰਡੀਆ ਦੀ ਜਿਹੜੀ ਪੰਜਾਬ ਦੀ ਇਕਨੋਮੀ ਆ ਜਾਂ ਜੀ ਡੀ ਪੀ ਆ ਐਂਡ ਇਹਨੇ ਬਿਗ ਕੁਐਸਚਨ ਸਾਰੇ ਇੰਡੀਆ ਦੀ ਜੋ ਇਕਾਨਮੀ ਆ ਕਿਉਂਕਿ ਪ੍ਰੋਬਲਮ ਕੀ ਆ ਪ੍ਰੋਬਲਮ ਤਾਂ ਇੱਥੇ ਸ਼ੁਰੂ ਹੋ ਜਾਂਦੀ ਸਾਡੀ ਐਮਬੈਸੀ ਤੋਂ ਆਈ ਐਮ ਹੇਅਰ ਆਲਮੋਸਟ 30 ਇਅਰਸ ਆਈ ਯੂ ਨੋ ਕੈਲੀਫੋਰਨੀਆ ਇਜ਼ ਲੋਟ ਆਫ ਪੀਪਲ ਹੇਅਰ ਪ੍ਰੋਬਲਮ ਕੀ ਆ ਕਿ ਜਿਹੜੇ ਬੰਦੇ ਇੱਥੇ ਇਹਨਾਂ ਨੇ ਸੀ ਕੇ ਜੀ ਐਸ ਇਹਨਾਂ ਦਾ ਕੰਟਰੈਕਟ ਰਿਹਾ ਇੱਥੇ ਕੌਂਸਲਰ ਦੇ ਜਿਹੜੇ ਵੀਜ਼ਾ ਪ੍ਰੋਸੈਸ ਕਰਦੇ ਆ ਜਿਹੜੇ ਯੂ ਨੋ ਦੇ ਆਰ ਲਾਈਕ ਆ ਫਿਰ ਸਬ ਕੰਟਰੈਕਟਰ ਹੂ ਪ੍ਰੋਸੈਸ ਵੀਜ਼ਾਸ ਐਂਡ ਐਵਰੀਥਿੰਗ ਜਿਹੜੇ ਬੰਦੇ ਇਨਵੈਸਟਮੈਂਟ ਕਰਨਾ ਚਾਹੁੰਦੇ ਆ ਇਟਸ ਵਨ ਆਫ ਦੀ ਵਰਸਟ ਸਬ ਕੰਟਰੈਕਟਰ ਹਾਇਰਡ ਬਾਈ ਇੰਡੀਅਨ ਅੰਬੈਸੀ ਪ੍ਰੋਬਲਮ ਕੀ ਆ ਕਿ ਜਿਹੜੇ ਬੰਦੇ ਆਈ ਐਮ ਨੋਟ ਟਾਕਿੰਗ ਅਬਾਊਟ ਈਵਨ ਅਸਾਈਲਮ ਪੀਪਲ ਜਿਹੜੇ ਬੰਦੇ ਇੱਥੇ ਯੂ ਐਸ ਸਿਟੀਜ਼ਨ ਆ ਜਿਹੜੇ ਸੈਕੰਡ ਥਰਡ ਜਨਰੇਸ਼ਨ ਆ ਇਟਸ ਹਾਰਡ ਟੂ ਗੈਟ ਵੀਜ਼ਾਸ ਐਂਡ ਸੋ ਹਾਰਡ ਟੂ ਪੇ ਰੈਡ ਟੇਪ ਹੈ ਜਿੱਦਾਂ ਅੱਜ ਤੋਂ 30 ਸਾਲ ਪਹਿਲਾਂ ਸੀਗੀ ਕਿ ਤੁਹਾਡੇ ਗ੍ਰੈਂਡਫਾਦਰ ਕਿੱਥੇ ਬੋਰਨ ਹੋਏ ਤੁਹਾਡੇ ਮੋਮ ਐਂਡ ਡੈਡ ਇਟਸ ਅ ਸੱਚ ਏ ਕੰਪਲੈਕਸ ਐਪਲੀਕੇਸ਼ਨ ਐਂਡ ਆਈ ਕੈਨ ਟੈਲ ਯੂ ਯੂ ਨੋ ਕਿ ਕੋਈ ਬੰਦੇ ਪੀਪਲ ਗਿਵ ਅਪ ਦੇ ਡੋਨਟ ਵਾਂਟ ਵਿਜ਼ਿਟ ਇੰਡੀਆ ਇੱਥੇ ਐਟਲੀਸਟ 50% ਹੋਰ ਗਰੋਥ ਲੋਕੀ ਪੰਜਾਬ 'ਚ ਇਨਵੈਸਟ ਕਰ ਸਕਦੇ ਆ ਪੰਜਾਬ 'ਚ ਆਪਣੇ ਜਿਹੜੀ ਉਹਨਾਂ ਦੀ ਯੂ ਨੋ ਜਿਹੜੇ ਰੂਟਸ ਆ ਉੱਥੇ ਜਾ ਸਕਦੇ ਆ ਬਟ ਦੇ ਆਰ ਫਰਸਟ੍ਰੇਟਡ ਬਾਈ ਸੋ ਮਾਈ ਬੋਟਮ ਲਾਈਨ ਇਜ਼ ਇਫ ਯੂ ਹੈਵ ਐਕਸੈਸ ਟੂ ਕੌਂਸਲਰ ਜਨਰਲ ਇਨ ਨਿਊਯਾਰਕ ਸਿਟੀ ਜਾਂ ਈਸਟ ਕੋਸਟ 'ਤੇ ਜਿਹੜੀ ਇਹਨਾਂ ਦੀ ਸਬ ਕੰਟਰੈਕਟਰ ਆ ਸੀ ਕੇ ਜੀ ਐਸ ਜਿਹੜੇ ਇਹਨਾਂ ਦੇ ਕੰਟਰੈਕਟਰ ਆ ਇਟਸ ਏ ਬਿਗ ਰੈਡ ਟੇਪ ਐਂਡ ਜੋ 30 ਸਾਲ ਪਹਿਲਾਂ ਦੀ ਉਹਨਾਂ ਦੀ ਸੋਚ ਆ ਇਟਸ ਹਰਟਿੰਗ ਪੰਜਾਬ ਤੁਸੀਂ ਦੇਖ ਲਓ ਜੀ ਡੀ ਪੀ ਇੰਡੀਆ ਦੀ ਕਿੰਨੀ ਹੈ 3-4% ਇੰਡੀਆ ਇਜ਼ ਆਲਮੋਸਟ ਲਾਈਕ ਏ ਬੈਂਕਰਪਟ ਬਿਗ ਰੀਜ਼ਨ ਇਜ਼ ਐਨ ਆਰ ਆਈ ਡੋਂਟ ਵਾਂਟ ਟੂ ਇਨਵੈਸਟ ਇਨ ਇੰਡੀਆ ਐਨ ਆਰ ਆਈ ਡੋਂਟ ਵਾਂਟ ਟੂ ਵਿਜ਼ਿਟ ਇਨ ਇੰਡੀਆ ਆਈ ਐਮ ਨੋਟ ਟਾਕਿੰਗ ਅਬਾਊਟ ਈਵਨ ਮੇਰੇ ਜੋ ਭਰਾ ਇੱਥੇ ਅਸਾਈਲਮ ਬੇਸ ਤੇ ਆਏ ਆ ਆਈ ਐਮ ਟਾਕਿੰਗ ਅਬਾਊਟ people who are a business I'm a myself is a business owner it's such a frustrating issue please if you get a chance please take up this issue absolutely harmesh ji haan ji sadi eh jo tusi mainu feedback ditta hai ede naal apa consulate naal bhi gal karange jo itthe east coast de council general hai ge unna nu bhi eh sawal karange ke jo log ki hale bhi issues face kar rahe hai
ਉਹਨਾਂ ਦੇ ਨਾਲ ਹਰਟ ਤਾਂ ਅਲਟੀਮੇਟਲੀ ਇੰਡੀਆ ਨੂੰ ਹੋ ਰਿਹਾ ਹੈ, ਜੋ ਲੂਜ਼ ਕਰ ਰਿਹਾ ਰੈਵਨਿਊ, ਭਾਵੇਂ ਉਹ ਟੂਰਿਜ਼ਮ ਦਾ ਰੈਵਨਿਊ ਹੋਏ, ਭਾਵੇਂ ਬਿਜ਼ਨਸ ਇਨਵੈਸਟਮੈਂਟ ਦਾ ਹੋਏ ਰੈਵਨਿਊ, ਬਿਕੋਜ਼ ਜਦੋਂ NRI ਉੱਥੇ ਜਾਣਾ ਨਹੀਂ ਚਾਹੂਗਾ ਦੈਨ ਲੋਸ ਤਾਂ ਇੰਡੀਆ, ਲੋਸ ਤਾਂ ਪੰਜਾਬ ਦਾ ਹੀ ਹੈਗਾ। ਹੋਰ ਕਾਲਰਸ ਨਾਲ ਸੁਣਦੇ ਹਾਂ ਉਹਨਾਂ ਦੇ ਕੀ ਵਿਚਾਰ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹਾਂਜੀ, ਮੇਰਾ ਨਾਮ ਜੀ ਸੁਨਾਮ ਹੈ ਜੀ। ਹਾਂਜੀ ਸੁਨਾਮ ਜੀ, ਦੱਸੋ। ਹਾਂ, ਐਸਾ ਹੈ ਜੀ, ਇਹ ਜਿਹੜਾ ਤੁਹਾਡਾ ਮੁੱਦਾ ਹੈ ਬਹੁਤ ਹੀ ਅੱਛਾ ਹੈ, ਜੋ ਤੁਸੀਂ ਪੰਜਾਬ ਦਾ ਚੁੱਕਿਆ ਚੱਕਰ। ਇਹ ਬੜੇ ਬੜੇ ਗੰਦੇ ਤਜਰਬੇ ਜਿਹੇ ਹੁੰਦੇ ਨੇ ਜਾ ਕੇ। ਮੇਰੇ ਨਾਲ ਵੀ ਇੱਕ ਇਹੋ ਜਿਹਾ ਹਾਦਸਾ ਹੋਇਆ ਸਾਡੇ ਨਾਲ ਵੀ, ਕਿ ਅਸੀਂ ਗਏ ਸੀ ਉੱਥੇ, ਸਾਨੂੰ ਕਿਸੇ ਦੇ ਪਤਾ, ਅਸੀਂ ਆਪਣੇ ਮੁੰਡੇ ਦਾ ਵਿਆਹ ਕਰਨਾ ਸੀਗਾ, ਤੇ ਸਾਨੂੰ ਇਹ ਸਾਡੇ ਕਿਸੇ ਜਾਣ ਪਛਾਣ ਬਾਰੇ ਦੱਸਿਆ ਕਿ ਚਲੋ ਯਾਰ, ਅਸੀਂ ਵੀ ਆਪਣੇ ਕੁੜੀ ਨੂੰ ਆਪਣੇ ਰੂਟ ਚੋਂ ਲਿਆਈਏ, ਇੱਥੇ ਅਸੀਂ ਰਹਿੰਦੇ ਹਾਂ, ਚੰਗੇ ਹਾਂ, ਸਭ ਕੁਛ ਹੈ, ਤੇ ਸਾਡਾ ਵੀ ਦਿਲ ਕਰਦਾ ਸੀ ਵੀ ਚਲੋ ਪੰਜਾਬ ਦੀ ਕੁੜੀ ਇੱਥੇ ਆਏਗੀ ਤੇ ਆਪਣੇ ਸਾਰੇ ਮਤਲਬ ਕਿ ਸ਼ੌਕ ਵੀ ਪੂਰੇ ਹੋਣਗੇ ਤੇ ਆਪਣਾ ਖੂਨ ਵੀ ਜਿਹੜਾ ਉਹ ਪੰਜਾਬੀ ਰਹੇਗਾ ਜੀ। ਤੇ ਅਸੀਂ ਗਏ ਉੱਥੇ ਤੇ ਜਾ ਕੇ ਤੇ ਹੋਇਆ ਕਿ ਸਾਨੂੰ ਆਪਣਾ ਇੱਕ ਦੋ ਕੁੜੀਆਂ ਦਿਖਾਈਆਂ ਗਈਆਂ, ਤੇ ਉਹ ਸਾਨੂੰ ਕੋਈ ਵਿਚੋਲੀਏ ਦੇ ਥਰੂ ਕੁੜੀ ਦਿਖਾਈ ਗਈ ਜੀ। ਖੈਰ, ਉਹ ਸਾਨੂੰ ਫੈਮਿਲੀ ਵੈਮਿਲੀ ਸਾਰੀ ਚੰਗੀ ਲੱਗੀ, ਅਸੀਂ ਵੀ ਆਪਣਾ ਪੂਰੇ ਪਾਲੇ ਨਾਲ ਜਦੋਂ ਹੁੰਦਾ ਹੈ ਬਈ ਕੰਮ ਕਰ ਲਿਆ। ਤੇ ਉਹਦੇ ਬਾਅਦ ਸਾਡਾ ਜੋ ਹੋਇਆ ਉਹ ਅਸੀਂ ਸੋਚ ਵੀ ਨਹੀਂ ਸਕਦੇ, ਉੱਥੇ ਉਹਨਾਂ ਨੇ ਉਸੇ ਵੇਲੇ ਤਿਆਰ ਹੋ ਗਏ, ਸਭ ਕੁਛ ਹੋ ਗਿਆ, ਤੇ ਅਸੀਂ ਵੀ ਆਪਣਾ ਰੱਬ ਦਾ ਨਾਂ ਲੈ ਕੇ ਤੇ ਸਭ ਕੰਮ ਕਰ ਲਿਆ ਜੀ। ਤੇ ਅਸੀਂ ਕਹਿੰਦੇ ਮੁੰਡੇ ਦੀ ਅੰਗੇਜਮੈਂਟ ਕਰ ਦਿਓ, ਤੇ ਅਸੀਂ ਗੱਲਬਾਤ ਕਰ ਦਿਓ, ਤੇ ਅਸੀਂ ਅੰਗੇਜਮੈਂਟ ਕਰ ਲਈ। ਜੇ ਅੰਗੇਜਮੈਂਟ ਕੀਤੀ ਤੇ ਉਹਦੇ ਬਾਅਦ ਫਿਰ ਕਹਿਣ ਲੱਗੇ ਬਈ ਇਸ ਤਰ੍ਹਾਂ ਹੈ ਕਿ ਤੁਸੀਂ ਵਿਆਹ ਦਾ ਕਿੱਥਾ ਕਰਨਾ? ਅਸੀਂ ਕਿਹਾ ਜੀ ਜਿਸ ਤਰ੍ਹਾਂ ਤੁਸੀਂ ਕਹੋਗੇ ਹੋ ਜਾਏਗਾ, ਕਹਿੰਦੇ ਵੀ ਜਿਸ ਤਰ੍ਹਾਂ ਵੀ ਹੈ। ਤੇ ਅਸੀਂ ਫਿਰ ਸੋਚਿਆ ਕਿ ਚਲੋ ਅਸੀਂ ਐਸਾ ਕਰ ਰਿਹਾ, ਹੁਣ ਸਾਨੂੰ ਅਸੀਂ ਕੁੜੀ ਸਾਡੀ ਹੋ ਗਈ ਤੇ ਅਸੀਂ ਆਪਣਾ ਅੰਗੇਜਮੈਂਟ ਕਰ ਲਈ। ਅੰਗੇਜਮੈਂਟ ਕਰਕੇ ਤੇ ਅਸੀਂ ਉੱਥੇ ਫਿਰ ਗੱਲਬਾਤ ਚੱਲਦੀ ਰਹੀ, ਤੇ ਉਹ ਕਹਿਣ ਲੱਗੇ ਜੀ ਐਸਾ ਕਰੋ, ਬਸ ਅਸੀਂ ਚਲੋ ਐਸਾ ਕਰ ਰਹੇ ਹਾਂ। ਅਸੀਂ ਸਲਾਹ ਸਲੂਹ ਕੀਤੀ, ਕਹਿੰਦੇ ਚਲੋ ਐਸਾ ਕਰ ਲਓ ਕਿ ਕੁੜੀ ਦਾ ਸਿਆਸੀ ਵੀਜ਼ਾ ਦਾ ਅਪਲਾਈ ਕਰ ਦਿਓ। ਤੇ ਮੁੰਡਾ ਸਿਟੀਜ਼ਨ ਸੀਗਾ, ਉਹ ਹੋ ਗਿਆ। ਉਹ ਐਸਾ ਵਧੀਆ ਹੋਇਆ ਕਿ ਤਿੰਨ ਚਾਰ ਮਹੀਨੇ ਚ ਕੁੜੀ ਦਾ ਨੰਬਰ ਵੀ ਆ ਗਿਆ, ਸਭ ਕੁਛ ਹੋ ਗਿਆ, ਗੱਲਾਂ ਬਾਤਾਂ ਹੁੰਦੀਆਂ ਰਹੀਆਂ, ਸਾਡੇ ਕੋਲ ਲੈਣ ਦੇਣ ਦਾ ਕੁਛ ਹੈ ਹੀ ਨੀ ਸੀਗਾ। ਤੇ ਉਹਨਾਂ ਕੋਈ ਜੀ ਅਸੀਂ ਜਿਹੜਾ ਰਜਿਸਟਰ ਕੋਲ ਸਾਨੂੰ ਮਜ਼ਦੂਰ ਹੈ, ਅਸੀਂ ਬਿਲਕੁਲ ਮਜ਼ਦੂਰ ਹੈ ਜੀ। ਤੇ ਉਹਦੇ ਬਾਅਦ ਉਹ ਕੁੜੀ ਨੂੰ ਵੀਜ਼ਾ ਲੱਗ ਗਿਆ, ਸਭ ਕੁਛ ਹੋ ਗਿਆ। ਉਹਦੇ ਬਾਅਦ ਉਹਨੇ ਕਿਹਾ ਜੀ ਮੈਂ ਆਪਣਾ ਮੈਨੂੰ ਮੁਬਾਰਕਾਂ ਹੋ ਗਈਆਂ, ਸਭ ਕੁਛ ਹੋ ਗਿਆ। ਕਹਿੰਦਾ ਜੀ ਬਸ ਕੁੜੀ ਨੇ ਬਸ ਅਸੀਂ ਕਿਹਾ ਵੀ ਕੁੜੀ ਨੂੰ ਤੁਸੀਂ ਭੇਜ ਦਿਓ ਬਿਸ਼ੱਕ, ਤੇ ਜਿਹਨਾਂ ਨੇ ਨਾਲ ਆਉਣਾ ਆ ਜਾਓ, ਇਨਵੀਟੇਸ਼ਨ ਅਸੀਂ ਭੇਜ ਦਿੰਦੇ ਹਾਂ ਤੁਹਾਨੂੰ, ਤੇ ਸਾਰਾ ਕਾਗਜ਼ ਅਸੀਂ ਇੱਥੇ ਕਰ ਦਾਂਗੇ, ਬਹੁਤ ਵਧੀਆ। ਉਹਦੇ ਬਾਅਦ ਮੁੰਡਾ ਕੁੜੀ ਜਾਣ ਆਪਣਾ ਇੰਡੀਆ ਵੀ ਹੋਵਾਂਗੇ, ਸਭ ਕੁਛ ਹੋ ਜਾਏਗਾ। ਤੇ ਉਹਦੇ ਬਾਅਦ ਕੀ ਹੋਇਆ ਕਿ ਉਹ ਹੋਇਆ ਕਿ 7 December ਨੂੰ ਕੁੜੀ ਦਾ ਵੀਜ਼ਾ ਲੱਗ ਗਿਆ। ਕਹਿੰਦੀ ਬਈ ਕਦੋਂ ਹੁਣ ਆਇਆ ਤੂੰ? ਤੇ ਕਹਿੰਦੇ ਦੇਖ ਲਓ, ਅਸੀਂ ਕਹਿੰਦੇ ਕੋਈ ਗੱਲ ਨੀ, ਟਿਕਟ ਭੇਜ ਦਿੰਦੇ ਹਾਂ, ਕੋਈ ਗੱਲ ਨੀ। ਉਹਦੇ ਤੋਂ 2-3-4 ਦਿਨ ਬਾਅਦ ਅਸੀਂ ਫੋਨ ਕੀਤਾ, ਤੂੰ ਫੋਨ ਚੁੱਕਣਾ ਬੰਦ ਕਰ ਦਿੱਤਾ ਉਹਨਾਂ ਨੇ, ਉਹ ਕੋਈ ਵੀ ਫੋਨ ਨਾ ਚੁੱਕੇ, ਕੁੜੀ ਮੁੰਡੇ ਕੁੜੀ ਦੀ ਮਾਂ ਵੀ ਨਾ ਚੁੱਕੇ, ਪਿਓ ਵੀ ਨਾ ਚੁੱਕੇ, ਕੁੜੀ ਵੀ ਨਾ ਚੁੱਕੇ, ਇਹ ਕੀ ਹੋ ਗਿਆ? ਤੇ ਅਸੀਂ ਬੜੇ ਹੈਰਾਨ ਹੋ ਗਏ ਵੀ ਇਹ ਕੀ ਗੱਲ ਹੋਈ। ਅਸੀਂ ਇੱਕ ਦੋ ਜਗ੍ਹਾ ਪਤਾ ਕੀਤਾ, ਕਿਸੇ ਨੂੰ ਭੇਜਿਆ, ਤੇ ਪਤਾ ਇਹ ਲੱਗਿਆ ਕਿ ਜੀ ਉਹ ਏਦਾਂ ਹੈ ਕਿ ਉਹ ਕਹਿੰਦੇ ਕੋਈ ਕੁੜੀ ਦੀ ਤਬੀਅਤ ਥੋੜੀ ਖਰਾਬ ਹੈਗੀ ਹੈ, ਤੇ ਏਦਾਂ ਏਦਾਂ। ਮੈਂ ਕਿਹਾ ਕੋਈ ਗੱਲ ਨੀ, ਪੰਜਾਬ ਦੀ ਗਵਰਨਮੈਂਟ ਜਾਂ ਇੰਡੀਆ ਵਿੱਚ ਕੀ ਹੱਲ ਲੱਭਿਆ? ਤੁਹਾਨੂੰ ਕੋਈ ਉੱਥੋਂ ਹੈਲਪ ਮਿਲੀ ਇਸ ਬਾਰੇ? ਨਹੀਂ, ਅਸੀਂ ਫਿਰ ਕਾਫੀ ਇਸ ਚੀਜ਼ ਨੂੰ ਪਤਾ ਤੇ ਕਰੀਏ ਕੀ ਹੋਇਆ, ਲੇਕਿਨ ਉੱਥੇ ਤੇ ਜਿਹੜੀ ਵੀ ਗੱਲ ਸੀਗੀ ਸਾਨੂੰ ਬਾਅਦ ਚ ਤੇ ਗੱਲ ਹੋਰ ਵੀ ਪਤਾ ਲੱਗੀ। ਅਸੀਂ ਵੀ ਕੀ ਕਰੀਏ ਹੁਣ, 100 ਆਦਮੀ ਦਾ ਖੱਜਲ ਖਵਾੜ ਉੱਥੇ ਹੋਵੇ ਤੇ ਬੜੀ ਅਜੀਬ ਜੀ ਗੱਲ ਸੀ। ਜੇ ਪਤਾ ਬਾਅਦ ਚ ਲੱਗਾ ਜੀ ਵਿਚੋਲੀਆਂ ਦਾ ਕੰਮ ਸੀਗਾ,
थैंक यू सो मच तुसी ये शेयर की साडे नाल गल कितनी माड़ी गल है कि उत्थे सारे मिले हुए सीगे होर कॉलर जुड़ चुके हैं। हाँ जी तुसी ऑन एयर हो, कौन बोल रहे हो, कित्थों बोल रहे हो? ਸਤਿ ਸ਼੍ਰੀ ਅਕਾਲ ਭੈਣ ਜੀ, ਮੈਂ ਸ਼ਮਸ਼ੇਰ ਸਿੰਘ ਰੰਧਾਵਾ ਬੋਲਦਾ ਮਲਵਾਕੀ ਤੋਂ ਜੀ। ਦੱਸੋ ਭੈਣ ਜੀ, ਮੈਂ ਬਹੁਤ ਥੋੜੇ ਸ਼ਬਦਾਂ ਚ ਦੋ ਗੱਲਾਂ ਕਹੂੰਗਾ ਜੀ। ਜ਼ਿਆਦਾਤਰ ਆਪਣੇ ਲੋਕੀ ਇੰਡੀਆ ਤੋਂ ਆ ਕੇ ਪਿੱਛੇ ਕੋਈ ਕੰਟੈਕਟ ਨਹੀਂ ਰੱਖਦੇ, ਪਹਿਲਾਂ ਕਮਿਊਨੀਕੇਸ਼ਨ ਖਤਮ ਕਰ ਲੈਂਦੇ ਆ, ਔਰ ਜਦੋਂ ਲੋੜ ਪੈਂਦੀ ਉੱਥੇ ਜਾਂਦੇ ਆ, ਫਿਰ ਸੇਮ ਚੀਜ਼ ਉਹਨਾਂ ਨੂੰ ਉੱਥੋਂ ਮਿਲਦੀ ਆ। ਮੇਨ ਚੀਜ਼ ਇਹੀ ਆ, ਪਹਿਲਾਂ ਭੁੱਲ ਜਾਂਦੇ ਆ, ਮੁੜ ਕੇ ਜਦੋਂ ਲੋੜ ਪੈਂਦੀ ਆ ਫਿਰ ਉੱਥੋਂ ਉਹਨਾਂ ਨੂੰ ਕੋਈ ਉੱਥੇ ਲੱਭਦਾ ਨਹੀਂ ਬੰਦਾ। ਦੇ ਡੋਂਟ ਕੀਪ ਇਨ ਟੱਚ ਵਿਦ ਦੇ ਜੀ ਜੀ ਬੈਕ ਹੋਮ। ਥੈਂਕ ਯੂ ਭੈਣ ਜੀ, ਥੈਂਕ ਯੂ ਜੀ, ਥੈਂਕ ਯੂ ਤੁਹਾਡਾ। ਬਟ ਮਸਲਾ ਤਾਂ ਇਸ ਗੱਲ ਦਾ ਹੈ ਕਿ ਜਦੋਂ ਤੁਹਾਨੂੰ ਕੋਈ ਚੀਜ਼ ਦੀ ਲੋੜ ਆਉਂਦੀ ਹੈ ਤੁਹਾਡੇ ਕੋਲ ਈਜ਼ੀਲੀ ਐਕਸੈਸੀਬਲ ਸੋਲੂਸ਼ਨ ਹੋਣਾ ਚਾਹੀਦਾ ਹੈ। ਹੁਣ ਤੁਸੀਂ ਯੂਨਾਈਟਿਡ ਸਟੇਟਸ ਦਾ ਐਗਜ਼ਾਮਪਲ ਲੈ ਲਓ, ਆਪਾਂ ਇੱਥੇ ਰਹਿੰਦੇ ਜੋ ਸਾਡੀ ਆਡੀਅੰਸ ਯੂਨਾਈਟਿਡ ਸਟੇਟਸ ਤੋਂ ਵੇਖ ਰਹੀ ਹੈ, ਤੁਹਾਨੂੰ ਕੋਈ ਇਸ਼ੂ ਆਉਂਦਾ ਹੈ, ਤੁਹਾਨੂੰ ਕਲੀਅਰਲੀ ਪਤਾ ਹੈ ਕਿ ਮੇਰੀ ਲੋਕਲ ਪੁਲਿਸ ਸਟੇਸ਼ਨ ਮੈਂ ਕਿੱਥੇ ਰੀਚ ਕਿੱਦਾਂ ਰੀਚ ਕਰਨਾ, ਉਹਨਾਂ ਨੂੰ ਕੋਂਟੈਕਟ ਕਿੱਦਾਂ ਕਰਨਾ, ਭਾਵੇਂ ਉਹ ਫੋਨ ਥਾਂ ਨਹੀਂ ਹੋਏ, ਵੈਬਸਾਈਟ ਥਾਂ ਨਹੀਂ ਹੋਏ ਜਾਂ ਫਿਜ਼ੀਕਲੀ ਹੋਏ, ਤੁਹਾਨੂੰ ਲੋਇਰ ਚਾਹੀਦਾ ਹੈ, ਤੁਹਾਨੂੰ ਲੋਇਰ ਪਤਾ ਕਿ ਤੁਹਾਡੇ ਏਰੀਆ 'ਚ ਲੋਇਰ ਕੌਣ ਹੈ, ਤੁਹਾਡਾ ਲੋਕਲ ਕਾਊਂਸਲਮੈਨ ਕੌਣ ਹੈ, ਪੋਲੀਟੀਸ਼ੀਅਨ ਕੌਣ ਹੈ ਜੋ ਤੁਹਾਡੀ ਹੈਲਪ ਕਰ ਸਕਦਾ ਹੈ। ਪ੍ਰੋਸੈਸ ਸਿੰਪਲ ਹੈ, ਕਲੀਅਰ ਬਣਿਆ ਹੋਇਆ ਫਰੇਮਵਰਕ ਕਿ ਇੱਕ ਆਮ ਆਦਮੀ ਵੀ ਸਲਿਊਸ਼ਨ ਲੱਭ ਸਕਦਾ ਆਪਣੀ ਪ੍ਰੋਬਲਮ ਲਈ। ਬਟ ਜੋ ਇੰਡੀਆ ਤੋਂ ਜੰਮੇ ਉੱਥੇ ਰਹਿ ਕੇ ਜੋ ਇੱਥੇ ਆਉਂਦੇ ਉਹਨਾਂ ਲਈ ਵੀ ਇਹ ਚੀਜ਼ ਈਜ਼ੀ ਨਹੀਂ ਹੈ। ਜਿਨ੍ਹਾਂ ਨੂੰ ਤਾਂ ਪਤਾ ਹੋਏਗਾ ਉਹਨਾਂ ਲਈ ਸ਼ਾਇਦ ਈਜ਼ੀ ਹੋਏਗੀ, ਬਟ ਉਹਨਾਂ ਤੋਂ ਵੀ ਗੱਲ ਕਰਾਂਗੇ। ਇੱਥੇ ਆਪਾਂ ਰੁਕਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਲਈ, ਤੁਸੀਂ ਜੁੜੇ ਰਹੋ, ਤੁਹਾਡੇ ਵੀ ਵਿਚਾਰ ਸੁਣਦੇ ਹਾਂ ਬ੍ਰੇਕ ਤੋਂ ਬਾਅਦ। ਇੱਕ ਵਾਰ ਫਿਰ ਸਾਰਿਆਂ ਦਾ ਸਵਾਗਤ ਹੈ। ਗੱਲ ਹੋ ਰਹੀ ਹੈ NRIs ਦੇ ਮਸਲੇ ਪੰਜਾਬ ਵਿੱਚ, ਅਤੇ ਜਦੋਂ ਉਹਨਾਂ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਪੰਜਾਬ ਵਿੱਚ, ਕੀ ਉਹਦਾ ਹੱਲ ਹੈ, ਉਹਨਾਂ ਨੂੰ ਹੱਲ ਮਿਲਦੇ ਹੈ, ਉਹਨਾਂ ਨੂੰ ਉੱਥੇ ਦੀ ਸਿਆਸਤ, ਉੱਥੇ ਦੀ ਪੁਲਿਸ ਹੈਲਪ ਕਰਦੀ ਹੈ ਰਿਜ਼ੋਲਵ ਕਰਨ ਲਈ ਉਹਨਾਂ ਦੇ ਪ੍ਰੋਬਲਮਸ? ਕਾਲਰ ਸਾਡੇ ਨਾਲ ਜੁੜ ਚੁੱਕੇ ਹੈ, ਸੁਣਦੇ ਹਾਂ ਉਹਨਾਂ ਦੇ ਵਿਚਾਰ। ਸਤਿ ਸ਼੍ਰੀ ਅਕਾਲ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹਾਂਜੀ ਬੇਟਾ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ, ਮੈਂ ਇੱਧਰੋਂ ਬੋਲਦਾ ਕੈਲੀਫੋਰਨੀਆ ਤੋਂ। ਮੈਂ ਇਹ ਪੁੱਛਣਾ ਬਹੁਤਾ ਨਹੀਂ, ਤੇ ਤੁਹਾਡਾ ਉੱਥੇ ਆਪਣਾ ਪਤਾ ਕਤਾ ਦੱਸੋ ਜਿੱਥੇ ਤੁਹਾਡੇ ਨਾਲ ਕੰਟੈਕਟ ਕਰ ਸਕੀਏ। ਹਾਂਜੀ, ਥੈਂਕ ਯੂ ਸਰ, ਤੁਸੀਂ ਕਾਲ ਕੀਤੀ ਇਸ ਗੱਲ ਬਾਰੇ। ਮੁੱਦਾ ਤਾਂ ਸਾਡਾ ਥੋੜ੍ਹਾ ਹੋਰ ਅਲੱਗ ਹੋ ਰਿਹਾ, ਬਟ ਹਾਂਜੀ ਤੁਸੀਂ ਗੱਲ ਸਹੀ ਕਹੀ ਕਿ ਕੈਲੀਫੋਰਨੀਆ ਸਾਡਾ ਸਟੂਡੀਓ ਖੁੱਲ੍ਹ ਚੁੱਕਿਆ ਹੈ, ਉਹਦੀ ਵੀ ਇਨਫੋਰਮੇਸ਼ਨ ਤੁਸੀਂ ਸਾਡੇ ਨੈਕਸਟ ਪ੍ਰੋਗਰਾਮ ਵਿੱਚ ਪਾ ਸਕਦੇ ਹੋ। ਜੱਗੀ ਜੀ ਤੁਹਾਨੂੰ ਦੱਸਣਗੇ, ਜਗਤਾਰ ਸਿੰਘ ਜੱਗੀ ਸਾਡੇ ਕੈਲੀਫੋਰਨੀਆ ਦੇ ਮੇਨ ਹੈ। ਮੇਰਾ ਮਤਲਬ ਕਹਿਣ ਦਾ ਇੰਡੀਆ 'ਚ ਦੱਸੋ ਨਾ। ਅੱਛਾ ਜੀ, ਹਾਂਜੀ ਇੰਡੀਆ ਵਿੱਚ ਸਾਡਾ ਸਟੂਡੀਓ ਚੰਡੀਗੜ੍ਹ ਵਿੱਚ ਹੈਗਾ, ਉੱਥੇ ਸਿਮਰਜੋਤ ਕੌਰ ਮੇਨ ਹੈੱਡ ਕਰਦੀ ਹੈ, ਅਤੇ ਉਹਨਾਂ ਦੇ ਨਾਲ ਵੀ ਤੁਹਾਡਾ ਰਾਬਤਾ ਕਾਇਮ ਕਰਾ ਦੇਣਗੇ। ਸਰ ਤੁਹਾਡੀ ਇਨਫੋਰਮੇਸ਼ਨ ਮੈਂ ਲਿਖ ਲਈ ਹੈ, ਤੁਸੀਂ ਕਦੇ ਵੀ ਸਾਨੂੰ ਰੀਚ ਆਊਟ ਕਰ ਸਕਦੇ ਹੋ। ਸਾਡੀ ਈਮੇਲ ਹੈ info@justbroadcasting.com, ਮੈਨੂੰ ਤੁਸੀਂ ਪਰਸਨਲੀ ਰੀਚ ਆਊਟ ਕਰ ਸਕਦੇ ਹੋ, ashmita@justbroadcasting.com। ਤੁਹਾਨੂੰ ਅਗਰ ਇੰਡੀਆ ਲਈ ਕੁਝ ਇਨਫੋਰਮੇਸ਼ਨ ਚਾਹੀਦੀ ਹੈ, ਤੁਸੀਂ simmer@justbroadcasting.com 'ਤੇ ਵੀ ਲਿਖ ਸਕਦੇ ਹੋ। ਥੈਂਕ ਯੂ ਸੋ ਮਚ ਅੰਕਲ। ਸਤਿ ਸ਼੍ਰੀ ਅਕਾਲ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਮੈਂ ਚਰਨਜੀਤ ਸਿੰਘ ਸੰਧੂ ਬੋਲਦਾ ਜੀ, ਟੈਕਸਸ ਤੋਂ। ਦੱਸੋ। ਸਤਿ ਸ਼੍ਰੀ ਅਕਾਲ ਜੀ, ਤੇ ਤੁਹਾਡਾ ਮੁੱਦਾ ਬੜਾ ਵਧੀਆ ਅੱਜ ਕੱਲ, ਤੇ ਮੈਂ ਆਪਣੇ ਇੱਕ ਦੋ ਐਕਸਪੀਰੀਅੰਸ ਤੁਹਾਡੇ ਨਾਲ ਸਾਂਝੇ ਕਰਨੇ ਚਾਹੁੰਦਾ ਵਾਂ। ਹਾਂਜੀ ਪਲੀਜ਼। ਪਹਿਲਾਂ ਤੇ ਇੱਕ ਜ਼ਮੀਨ ਦੀ ਤਕਸੀਮ ਦਾ ਮੁੱਦਾ ਹੈਗਾ ਅਰਾਊਂਡ 2005 ਚ। ਅੱਛਾ ਜੀ। ਤੇ ਆਪਣੀ ਪੰਜਾਬੀ ਦੀ ਅਖਬਾਰ ਦੇ ਵਿੱਚ ਇੱਕ ਇਸ਼ਤਿਹਾਰ ਛਪਿਆ ਕਿ ਪੰਜਾਬ ਗੌਰਮੈਂਟ ਨੇ ਇੱਕ ਸਪੈਸ਼ਲ ਡਿਪਾਰਟਮੈਂਟ ਬਣਾਇਆ, ਉਹਦਾ ਹੈੱਡ ਬਣਾਇਆ DSP ਕਾਲੜਾ ਨੂੰ। ਅੱਛਾ ਜੀ। ਤੇ ਕਾਲੜਾ ਸਾਹਿਬ ਦਾ ਨੰਬਰ ਸੀਗਾ, ਮੈਂ ਉਹਨਾਂ ਨੂੰ ਕਾਲ ਕੀਤੀ, ਮੈਂ ਕਾਲੜਾ ਸਾਹਿਬ ਮੈਂ USA 'ਚ ਰਹਿੰਦਾ ਵਾਂ, ਤੇ ਇਸ ਤਰ੍ਹਾਂ ਮੇਰੇ ਜਿਹੜੇ ਸ਼ਰੀਕ ਆ ਨਾ ਉਹ ਜ਼ਮੀਨ ਦੀ ਵੰਡ ਦੇ ਵਿੱਚ ਕਿਸੇ ਪਾਸੇ ਗੱਲ ਲੱਗਣ ਨਹੀਂ ਦੇ ਰਿਹਾ। ਤੇ ਕਾਲੜਾ ਸਾਹਿਬ ਕਹਿੰਦੇ ਵੀ ਤੁਹਾਡਾ ਸਬ ਤਹਿਸੀਲ ਕਿਹੜੀ ਹੈ? ਮੈਂ ਕਿਹਾ ਜੀ ਗੋਬਿੰਦਵਾਲ। ਕਹਿੰਦੇ ਕੋਈ ਦੋਸਤ ਤੁਹਾਡਾ ਆ ਕੇ DSP ਗੋਬਿੰਦਵਾਲ ਨੂੰ ਮਿਲ ਸਕਦਾ ਵਾ? ਮੈਂ ਕਿਹਾ ਜੀ ਮਿਲ ਸਕਦਾ ਵਾ। ਕਹਿੰਦੇ ਉਹਨੂੰ ਕਿਹਾ ਉੱਥੇ ਭੇਜ ਦੇ ਤੇ ਤੁਹਾਡਾ ਸਾਰਾ ਕੰਮ ਹੋ ਜਾਏਗਾ। ਸੋ ਆਪਣੇ ਦੋਸਤ ਨੂੰ ਕਾਲ ਕੀਤੀ, ਦੋਸਤ ਗੋਬਿੰਦਵਾਲ ਗਿਆ,
ਉਹਨੇ ਜਾ ਕੇ ਡੀਐਸਪੀ ਨੂੰ ਦੱਸਿਆ ਤੇ ਵਿਦ ਇਨ ਡੇਜ਼ ਉਹ ਸਾਰਾ ਮਸਲਾ ਹੱਲ ਹੋ ਗਿਆ। ਉਹਦੇ ਤੋਂ ਬਾਅਦ ਕੀ ਹੁੰਦਾ, ਸਾਡੀ ਕਈ ਵਾਰੀ ਅਪਰੋਚ ਗਲਤ ਹੁੰਦੀ ਹੈ। ਹੁਣ ਜਿਹੜੇ ਜ਼ਮੀਨ ਦੇ ਕੇਸ ਨੇ ਉਹਦੇ ਵਿੱਚ ਪਟਵਾਰੀ ਸਭ ਤੋਂ ਵੱਡਾ ਅਫਸਰ ਆ ਕਿਸਮ ਦਾ। ਫਿਰ ਮੇਰੀ ਕੇਸ ਸੀਗਾ ਨਿਸ਼ਾਨਦੇਹੀ ਦਾ, ਭਰਾ ਦੇ ਨਾਲ ਜ਼ਮੀਨ ਵੰਡਣੀ ਸੀ ਤੇ ਮੈਂ ਕਿਹਾ ਵੀ ਕਿਸੇ ਤਰ੍ਹਾਂ ਵੀ ਨਾ ਮੈਨੂੰ ਘੱਟ ਆਵੇ ਨਾ ਉਹਨੂੰ ਵੱਧ ਜਾਵੇ। ਮੈਂ ਕਾਨੂੰਗੋ ਨੂੰ ਅਪਰੋਚ ਕੀਤਾ, ਮੈਂ ਕਿਹਾ ਜੀ ਵੀ ਤਰ੍ਹਾਂ ਜ਼ਮੀਨ ਦੀ ਨਿਸ਼ਾਨਦੇਹੀ ਕਰਾਉਣੀ, ਉਹ ਕਹਿੰਦੇ ਜੀ ਐਪਲੀਕੇਸ਼ਨ ਦੇ ਦਿਓ। ਐਪਲੀਕੇਸ਼ਨ ਦੇ ਕੇ ਤਹਿਸੀਲਦਾਰ ਕੋਲੋਂ ਮਾਰਕ ਕਰਵਾ ਕੇ ਲਿਆ ਕੇ ਮੈਂ ਪਟਵਾਰੀ ਨੂੰ ਦੇਤੀ। ਮੈਂ ਕਿਹਾ ਜੀ ਕਦੋਂ ਆਓਗੇ, ਕਹਿੰਦੇ ਜੀ ਐਤਵਾਰ ਆ ਜਾਵਾਂਗੇ। ਮੈਂ ਕੋਈ ਤੁਹਾਡੀ ਸੇਵਾ ਤੇ ਉਹ ਸਾਡੇ ਪਿੰਡ ਨੂੰ ਦੋ ਪਟਵਾਰੀ ਲੱਗਦੇ ਆ, ਮੁੰਡਾ ਪਿੰਡ ਸਾਡਾ ਪਿੰਡ ਆ ਤਰਨ ਤਾਰਨ ਜ਼ਿਲ੍ਹੇ ਦੇ ਵਿੱਚ ਤੇ ਜ਼ਮੀਨ ਸਾਡੀ ਉਹ ਹੈਗੇ ਆ ਊੜਾ ਤੇ ਐੜਾ ਹਿੱਸੇ ਨੇ ਪਿੰਡ ਦੀ ਜ਼ਮੀਨ ਦੇ ਕੀਤੇ ਹੋਏ ਤੇ ਦੋਵਾਂ ਦੇ ਵਿੱਚ ਹੈਗੀ ਆ ਜੀ। ਤੇ ਪਟਵਾਰੀ ਕਹਿਣ ਲੱਗਾ ਜੀ, ਇੱਕ ਪਟਵਾਰੀ ਨੂੰ ਕਹਿੰਦੇ ਜੀ ਤੁਸੀਂ ਇਹਨਾਂ ਨਾਲ ਬਾਹਰ ਜਾ ਕੇ ਗੱਲ ਕਰ ਲਓ। ਮੈਂ ਕਿਹਾ ਦੱਸੋ ਜੀ। ਉਹ ਕਹਿੰਦਾ ਵੀ ਕਿੰਨੀ ਜ਼ਮੀਨ ਆ, ਮੈਂ ਕਿਹਾ 26 ਏਕੜ, ਕਹਿੰਦਾ 26,000 ਦੇ ਦਿਓ। ਅੱਛਾ ਜੀ। ਮੈਂ ਕਿਹਾ ਗੱਲ ਸੁਣ, ਬੰਦਾ ਜਿਹੜਾ ਜ਼ਰੀਬ ਖਿੱਚਣ ਵਾਲਾ ਉਹ ਮੇਰਾ ਹੋਣਾ, ਉਹਨੂੰ ਮੈਂ ਦਿਹਾੜੀ ਦੇਣੀ ਆ, ਰੋਟੀ ਪਾਣੀ ਖਵਾਉਣਾ ਵਾ, ਤੁਹਾਨੂੰ ਵੀ ਖਵਾਉਣਾ ਵਾ, ਤੇ ਇਹ 26,000 ਕਾਹਦਾ ਵੀ? ਨਹੀਂ ਜੀ ਵੇਖੋ, ਅਸੀਂ ਤੇ ਤੁਹਾਡੇ ਕੋਲੋਂ ਕੁਝ ਜ਼ਿਆਦਾ ਮੰਗ ਹੀ ਨਹੀਂ ਰਿਹਾ ਜੀ, ਇਹੋ ਜਿਹੇ ਕੰਮ ਦੇ ਵਿੱਚ ਤੇ ਬੜੇ ਪੈਸੇ। ਮੈਂ ਕਿਹਾ ਮੈਂ ਰੁਪਈਆ ਦਊਂਗਾ 6,000, ਜੇ ਕਰਨਾ ਤੇ ਆ ਜਾਇਓ ਤੇ ਨਹੀਂ ਤੇ ਨਾ ਕਰੋ। ਨੀ ਕੁਲਵੰਤ ਜੀ, ਸਵਾਲ ਤਾਂ ਇਹੀ ਬਣਦਾ ਨਾ ਕਿ ਤੁਸੀਂ ਅਗਰ ਹਰ ਇੱਕ ਬੰਦੇ ਦੀ ਸੇਵਾ ਹੀ ਕਰਨੀ ਹੈ ਤੇ ਜੋ ਉੱਥੇ ਅਫੀਸ਼ੀਅਲ ਬੈਠੇ ਹੋਏ ਹੈ ਕਿਸੇ ਵੀ ਆਰਗੇਨਾਈਜੇਸ਼ਨ ਦੇ ਜਾਂ ਪੋਲੀਟੀਸ਼ੀਅਨ ਬੈਠੇ ਹੋਏ ਹੈ ਜਿਨ੍ਹਾਂ ਨੂੰ ਬਣਾਇਆ ਹੋਇਆ ਮਿਨਿਸਟਰ ਕਿਸੇ ਵੀ ਡਿਪਾਰਟਮੈਂਟ ਦਾ, ਤੇ ਉਹਨਾਂ ਦਾ ਕੀ ਫਾਇਦਾ, ਉਹਨਾਂ ਨੂੰ ਤਨਖਾਹਾਂ ਕਿਸ ਚੀਜ਼ ਦੀ ਮਿਲਦੀਆਂ? ਐਕਚੁਅਲੀ ਗੱਲ ਪਤਾ ਕੀ ਹੈ, ਗੱਲ ਤਨਖਾਹ ਦੀ ਨਹੀਂ ਹੈਗੀ, ਦੇ ਆਰ ਅੰਡਰ ਸਟਾਫਡ। ਜਦੋਂ ਤੁਸੀਂ ਜੇ ਥੋੜਾ ਡਿਟੇਲ ਵਿੱਚ ਜਾਓਗੇ ਨਾ ਤੁਹਾਨੂੰ ਪਤਾ ਲੱਗੇਗਾ ਕਿ ਸੈਂਕੜੇ ਨਹੀਂ, 1,000 ਹੀ, 6-7,000 ਪਟਵਾਰੀ ਹੋਰ ਚਾਹੀਦੇ ਆ ਪੰਜਾਬ ਚ। ਬਟ ਕੁਲਵੰਤ ਜੀ, ਮੈਂ ਤੁਹਾਨੂੰ ਇੱਥੇ ਫਿਰ ਰੋਕਾਂਗੀ, ਤੁਹਾਨੂੰ ਫਿਰ ਰੋਕਾਂਗੀ ਕਿ ਤੁਸੀਂ ਕਹਿ ਰਹੇ ਹੋ ਉਹ ਅੰਡਰ ਸਟਾਫਡ ਹੈਗੇ ਤੇ ਪੰਜਾਬ ਵਿੱਚ ਤਾਂ ਅਨਇੰਪਲੋਇਮੈਂਟ ਹੀ ਕਿੰਨੀ ਹੈ, ਤੇ ਕਿਉਂ ਨਹੀਂ ਉਹ ਉਸ ਪੋਜੀਸ਼ਨਾਂ ਨੂੰ ਫਿਲ ਕਰਦੇ? ਜਿਹੜਾ ਪੈਸਾ ਉਹ ਤਾਂ ਉੱਤੇ ਉੱਤੇ ਖਾਧਾ ਜਾਂਦਾ ਵਾ, ਤੇ ਇਹੀ ਤਾਂ ਮਸਲਾ ਹੈ। ਥੈਂਕ ਯੂ। ਹਾਂਜੀ, ਮੈਂ ਜਦੋਂ ਅੱਗੇ ਗੱਲ ਤੇ ਸੁਣੋ ਨਾ, ਜਦੋਂ ਰੁਕਿਆ ਨਾ ਵੀ ਜੇ ਤੁਸੀਂ ਨਹੀਂ ਆਉਣਾ ਤੇ ਫਿਰ ਨਾ ਆਓ, ਸਾਡਾ ਘਰ ਦਾ ਮਸਲਾ ਹੈਗਾ, ਮੇਰਾ ਤੇ ਆਪਣਾ ਭਰਾ ਨਾਲ ਕੋਈ ਪ੍ਰੋਬਲਮ ਹੈ ਹੀ ਨਹੀਂ। ਜੀ ਜੀ। ਉਹ ਕਹਿੰਦੇ ਜੀ ਹੁਣ ਤਾਂ ਕਰਨੀ ਪੈਣੀ ਆ, ਤੁਸੀਂ ਤਹਿਸੀਲਦਾਰ ਕੋਲੋਂ ਮਾਰਕ ਕਰਵਾ ਕੇ ਲੈਂਦੀ ਆ ਤੇ ਇਹ ਨਿਸ਼ਾਨਦੇਹੀ ਕਰਨੀ ਪੈਣੀ ਆ ਸਾਨੂੰ ਜੀ। ਤੇ ਮੈਂ ਕਿਹਾ ਵੀ ਠੀਕ ਆ, ਮੈਂ ਤੁਹਾਡਾ ਆਉਣ ਦਾ ਤੇਲ ਦਾ ਖਰਚਾ ਜੇ ਉਹ ਦੇ ਦੂੰਗਾ, ਪਰ ਜੇ ਤੁਸੀਂ ਆਸ ਕਰੋ ਕਿ ਮੈਂ ਤੁਹਾਨੂੰ 26,000 ਦਵਾਂ, ਤੁਸੀਂ ਭੁੱਲ ਜਾਓ। ਕਦੋਂ ਆਏ ਉਹਨਾਂ ਨੇ ਕੰਮ ਕੀਤਾ ਵਿਚਾਰਿਆਂ ਨੇ, ਤੇ ਮੈਂ ਉਹਨਾਂ ਦੀ 5-6,000 ਰੁਪਇਆ ਕਿੰਨੇ ਕੁ ਪੈਸੇ ਬਣਦੇ ਆ ਜੇ ਸੋਚਿਆ ਜਾਵੇ, ਜੇ ਤੁਸੀਂ ਦਿਹਾੜੀਆਂ ਨਹੀਂ ਭੰਨਣੀਆਂ, ਨਹੀਂ ਤੇ ਤੁਹਾਨੂੰ ਤਰੀਕ ਤੇ ਤਰੀਕ ਪਾਏ ਜਾਣਗੇ ਤੇ ਤੁਸੀਂ ਆਪਣਾ ਪਰੇਸ਼ਾਨ ਹੋ ਜਾ ਕੇ। ਮੇਰੀ ਮਦਰ ਦੀ ਜ਼ਮੀਨ ਜਿਹੜੀ ਆ ਉਹ ਦੋਵਾਂ ਭਰਾਵਾਂ ਚ ਵੰਡਣੀ ਸੀ, ਉਹਨਾਂ ਨੇ ਮੇਰੀ ਵਾਈਫ ਨੂੰ ਪਾਵਰ ਆਫ ਅਟਾਰਨੀ ਦੇ ਦਿੱਤੀ, ਇਹਨੇ ਆਪਣੇ ਨਾਂ ਕਟਾ ਕੇ ਫੇਰ ਦੋਵਾਂ ਦੇ ਸਾਡੇ ਨਾਂ ਅੱਧੀ ਅੱਧੀ ਕਰਨੀ ਸੀ। ਅਸੀਂ ਗਏ ਤਹਿਸੀਲਦਾਰ ਦੇ, ਕਾਗਜ਼ ਪੱਤਰ ਤਿਆਰ, ਤਹਿਸੀਲਦਾਰ ਆਇਆ ਤੇ 15-20 ਮਿੰਟ ਬੈਠ ਕੇ ਤੇ ਤੁਰ ਗਿਆ। ਅੱਛਾ। ਉੱਥੇ ਸਿਰਫ ਗੋਇੰਦਵਾਲ ਸੋਮਵਾਰ ਤੇ ਬੁੱਧਵਾਰ ਤਹਿਸੀਲਦਾਰ ਆਉਂਦਾ, ਸੋਮਵਾਰ ਉੱਠ ਗਿਆ ਉਹ ਤੇ ਬੁੱਧਵਾਰ ਗਿਆ ਜਿਸ ਵੇਲੇ, ਤੇ ਉਹ ਬੈਠਾ ਅੱਧਾ ਘੰਟਾ ਤੇ ਮੈਨੂੰ ਵਸੀਕਾ ਕਹਿਣ ਲੱਗਾ, ਵਸੀਕਾ ਨਵੀਸ, ਕਹਿੰਦਾ ਜੀ ਉਹ ਚੱਲਿਆ ਜੇ। ਮੈਂ ਜਾ ਕੇ ਉਹਦੀ ਕਾਰ ਦੇ ਅੱਗੇ ਖੜਾ ਹੋ ਗਿਆ।
ਕਹਿੰਦਾ ਜੀ ਕੀ ਗੱਲ ਆ, ਮੈਂ ਕਿਧਰ ਚੱਲੇ ਹੋ? ਕਹਿੰਦਾ ਜੀ ਕੋਈ ਕੰਮ ਨੀ ਗਾ। ਮੈਂ ਕੰਮ ਕਿਉਂ ਨੀ ਗਾ, 20 ਰਜਿਸਟਰੀਆਂ ਕਰਾਉਣ ਵਾਲੇ ਖੜੇ ਆ, ਤੁਸੀਂ ਸਾਨੂੰ ਬੇਵਕੂਫ ਸਮਝਦੇ ਹੋ? ਸੋਮਵਾਰ ਤੁਸੀਂ ਆਏ, 20 ਮਿੰਟ ਬਹਿ ਕੇ ਚਲੇ ਗਏ, ਅੱਜ ਤੁਸੀਂ ਫੇਰ ਮੈਨੂੰ ਤੇ ਜੀ ਕਿਸੇ ਨੇ ਦੱਸਿਆ ਨੀ। ਮੈਂ ਤੇਰੇ ਕਿਸੇ ਕਲਰਕ ਨੇ ਆ ਕੇ ਵਸੀਕਾ ਨੂੰ ਪੁੱਛਿਆ ਕੋਈ ਰਜਿਸਟਰੀ ਹੋਣ ਵਾਲੀ ਆ ਜਾਂ ਕੋਈ ਕੰਮ ਹੈਗਾ? ਕਹਿੰਦਾ ਨਹੀਂ, ਮੈਂ ਆਪਣੇ ਦਫ਼ਤਰ 'ਚ ਬੈਠੋ, ਜਿੰਨੀ ਦੇਰ ਮੇਰੀ ਰਜਿਸਟਰੀ ਨਹੀਂ ਹੁੰਦੀ ਤੁਸੀਂ ਨੀ ਜਾ ਸਕਦੇ। ਲਾਜੀ ਉਹਨੇ ਡਰਾਈਵਰ ਨੂੰ ਕਿਹਾ, ਗੱਡੀ ਬੰਦ ਕੀਤੀ, ਜਾ ਕੇ ਬਹਿ ਗਿਆ ਦਫ਼ਤਰ 'ਚ। ਮੇਰੀ ਫਾਈਲ ਵਸੀਕੇ ਨੇ ਸਭ ਤੋਂ ਥੱਲੇ ਨਾ ਦਿੱਤੀ, ਜੇ ਇਹਦੀ ਰਜਿਸਟਰੀ ਪਹਿਲਾਂ ਹੋ ਗਈ ਨਾ ਤਾਂ ਦੂਜਿਆਂ ਦਾ ਕੰਮ ਨੀ ਹੋਣਾ, ਤਹਿਸੀਲਦਾਰ ਨੇ ਤੁਰ ਜਾਣਾ। ਜਿਸ ਵੇਲੇ ਉਹ ਗਿਆ, ਮੇਰਾ ਕੰਮ ਹੋ ਗਿਆ, ਤੇ ਇੱਕ ਸਰਦਾਰ ਜੀ ਆਏ, ਕਹਿੰਦੇ ਜੀ ਮੇਰਾ ਭਤੀਜਾ ਵਾ ਮਾਸਟਰ ਜੈਬ ਸਿੰਘ, ਕਹਿੰਦਾ ਜੀ ਤੁਸੀਂ ਮਾਸਟਰ ਜੈਬ ਸਿੰਘ ਦੇ ਸਕਿਆਂ ਜੀ? ਮੈਂ ਹਾਂ, ਮੇਰਾ ਭਤੀਜਾ ਵਾ ਸਕਿਆਂ ਦੇ ਵਿੱਚੋਂ। ਤੇ ਕਹਿੰਦਾ ਜੀ ਤੁਸੀਂ ਸਾਡੀ ਦਿਹਾੜੀ ਬਚਾਤੀ, ਜੇ ਤੁਸੀਂ ਅੱਜ ਇਹ ਐਕਸ਼ਨ ਨਾ ਲੈਂਦੇ ਤੇ ਸਾਨੂੰ ਫੇਰ ਇਸੇ ਤਰ੍ਹਾਂ ਖੱਜਲ ਹੋ ਕੇ ਜਾਣਾ ਪੈਣਾ ਸੀ। ਸੋ ਮੈਂ ਤੇ ਕਹੂੰਗਾ, ਅਗਰ ਜਾਂਦੇ ਹੋ ਛੋਟਾ ਮੋਟਾ ਕੰਮ ਆ, 100-50 ਦਿਓ, ਕੰਮ ਕਰਾਓ, ਉੱਥੇ ਅੰਨੀ ਪੀਵੇ ਤੇ ਕੁੱਤੀ ਚੱਟੇ ਵਾਲਾ ਹਿਸਾਬ ਹੋਇਆ ਪਿਆ ਵਾ। ਹੋਰ ਵਿਚਾਰ ਸੁਣਦੇ, ਸਤਿ ਸ੍ਰੀ ਅਕਾਲ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ, ਹਾਂਜੀ, ਸਤਿ ਸ੍ਰੀ ਅਕਾਲ, ਤੁਸੀਂ ਔਨ ਏਅਰ ਹੋ। ਤੁਸੀਂ ਚੰਡੀਗੜ੍ਹ ਤਾਂ ਤੁਸੀਂ ਉਹਨਾਂ ਨੂੰ ਈਮੇਲ ਕਰ ਸਕਦੇ ਹੋ, ਫੋਨ ਨੰਬਰ ਉਹਨਾਂ ਦੇ ਥੋੜ੍ਹੇ ਜਿਹੇ ਅਲੱਗ ਹੈਗੇ, ਅਤੇ ਬੈਸਟ ਰਹੇਗਾ ਤੁਸੀਂ simmer@justbroadcasting.com ਤੇ ਈਮੇਲ, ਹਾਂਜੀ, ਲਿਖ ਲੈਣ ਦੇ, ਤੇ ਤੁਹਾਡੀ ਸਕਰੀਨ ਤੇ ਵੀ ਲਿਖਿਆ ਨੰਬਰ, ਈਮੇਲ ਆ ਰਹੀ ਹੈ, ਇਨਫੋ, ਮੈਨੂੰ ਇੰਗਲਿਸ਼ ਮੈਂ ਪੰਜਾਬੀ ਚ ਲਿਖਦੀ ਹਾਂ, ਉਹ ਪੰਜਾਬੀ ਚ ਸਿਮਰ, ਸਿਮਰ, ਹਾਂਜੀ, simmer@justbroadcasting.com, ਸਿਮਰ ਨਾ, ਸਿਮਰ ਜਸ, ਸਿਮਰ ਆਵਾਜ਼ ਬੰਦ ਕਰਾਂ, simmer@justbroadcasting.com, ਤੇ ਮੈਂ ਐਡ ਲਿਖ ਲਿਆ, ਐਡ ਨਹੀਂ, ਮੈਂ ਤੁਹਾਡਾ ਨੰਬਰ ਲਿਖ ਲਿਆ, ਮੈਂ ਤੁਹਾਨੂੰ ਫੋਨ ਕਰਕੇ ਉਹ ਕੰਟੈਕਟ ਇਨਫੋਰਮੇਸ਼ਨ ਪ੍ਰਾਈਵੇਟਲੀ ਪ੍ਰੋਵਾਈਡ ਕਰ ਦਾਂਗੀ, ਠੀਕ ਹੈ ਜੀ? ਹਾਂ, ਫਿਰ ਇਸ ਤਰ੍ਹਾਂ ਮੈਂ ਕਰ ਦਾਂ, ਮੇਰਾ ਘਰ ਦਾ ਹੈ, ਠੀਕ ਹੈ ਜੀ, ਨੋ ਪ੍ਰੋਬਲਮ ਜੀ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ੍ਰੀ ਅਕਾਲ ਜੀ, ਮੈਂ ਰਵਿੰਦਰ ਸਿੰਘ ਬੋਲ ਰਿਹਾ, ਜੁੱਬਾ ਸਿਟੀ ਤੋਂ ਜੀ। ਹਾਂਜੀ, ਦੱਸੋ। ਮੈਂ ਤੁਹਾਡਾ ਮੁੱਦਾ ਸੁਣ ਰਿਹਾ ਸੀ ਜੀ, ਮੁੱਦਾ ਬਹੁਤ ਵਧੀਆ, ਤੁਸੀਂ ਅਵੇਅਰਨੈਸ ਦੇ ਰਹੇ ਹੋ, ਪਰ ਆ ਭਾਈ ਸਾਹਿਬ ਜਿਹੜੇ ਪਹਿਲਾਂ ਬੋਲ ਕੇ ਗਏ ਆ ਜੀ, ਜਦੋਂ ਆਪਾਂ ਇੱਦਾਂ ਹੀ ਆਪਾਂ ਨਹੀਂ ਅਵੇਅਰ ਹੁੰਦੇ ਵੀ 5,000 ਰੁਪਇਆ ਖਰਚ ਆ ਗਿਆ ਜਾਂ 6,000 ਖਰਚ ਆ ਗਿਆ, ਫਿਰ ਸਰਕਾਰਾਂ ਦਾ ਕੋਈ ਦੋਸ਼ ਨਹੀਂ ਜੀ। ਅੱਛਾ ਜੀ, ਇਹ ਆਪਣੇ ਤੇ ਕਮੀ ਹੋ ਜਾਂਦੀ ਜਦੋਂ ਆਪਾਂ ਇੱਦਾਂ ਕੰਮ ਕਰਦੇ ਹਾਂ, ਸਰਕਾਰਾਂ ਵੀ ਫਿਰ ਆਪਣੇ ਚੋਂ ਚੋਣ ਹੁੰਦੀਆਂ ਜੀ। ਜੀ, ਤੇ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਅਵੇਅਰ ਹੋਣਾ ਚਾਹੀਦਾ, ਸਾਨੂੰ ਇਸ ਤਰ੍ਹਾਂ ਕੰਮ ਕਰਨਾ ਚਾਹੀਦਾ, ਇੱਦਾਂ ਨਹੀਂ ਕਰਨਾ ਚਾਹੀਦਾ ਵੀ ਸਾਨੂੰ ਥੋੜੇ ਪੈਸੇ ਦੇ ਕੇ ਕੰਮ ਕਰਾ ਲਿਆ ਜਾਂ ਬਹੁਤੇ ਦੇ ਕੇ ਕਰਾ ਲਿਆ। ਜੀ ਜੀ ਜੀ, ਥੈਂਕ ਯੂ ਜੀ, ਥੈਂਕ ਯੂ ਜੀ, ਥੈਂਕ ਯੂ ਤੁਹਾਡੇ ਵਿਚਾਰ ਲਈ। ਆਪਾਂ ਇੱਥੇ ਰੁਕਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਲਈ, ਤੁਸੀਂ ਵੀ ਸਾਡੇ ਨਾਲ ਜੁੜੇ ਰਹੋ, ਕਾਲਰਸ ਵੇਟ ਕਰ ਰਹੇ ਆ, ਤੁਹਾਡੀ ਕਾਲ ਵੀ ਚੁੱਕੀ ਜਾਏਗੀ, ਬਟ ਇਸ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਾਰਿਆਂ ਦਾ ਸਵਾਗਤ ਹੈ, ਗੱਲ ਹੋ ਰਹੀ ਹੈ NRIs ਦੇ ਮਸਲੇ ਪੰਜਾਬ ਵਿੱਚ, ਕਾਲਰਸ ਦੇ ਬਹੁਤ ਸਾਰੇ ਐਕਸਪੀਰੀਅੰਸਿਸ ਜੋ ਸਾਡੇ ਨਾਲ ਉਹ ਸ਼ੇਅਰ ਕਰਨਾ ਚਾਹੁੰਦੇ ਆ, ਸੁਣਦੇ ਉਹਨਾਂ ਦੇ ਵਿਚਾਰ। ਸਤਿ ਸ੍ਰੀ ਅਕਾਲ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਮੈਂ ਗਿਆਨ ਸਿੰਘ ਬੋਲ ਰਿਹਾ ਆਵਰਨ ਤੋਂ ਜੀ। ਹਾਂਜੀ, ਸ਼ੈਡਲ ਤੋਂ ਜੀ, ਦੱਸੋ। ਮੈਂ ਦੱਸਣਾ ਚਾਹੁੰਦਾ ਆ, ਮੈਂ ਹਰ ਇੱਕ ਦੀ ਗੱਲ ਸੁਣ ਰਿਹਾ, ਵੈਸੇ ਮੈਂ ਤਾਂ ਤਕਰੀਬਨ 1940 ਤੋਂ ਮੇਰਾ ਮੈਨੂੰ ਹੋਸ਼ ਆ ਗਈ ਆ, ਮੈਂ ਦੇਖਦਾ ਅੰਗਰੇਜ਼ਾਂ ਦੇ ਵੇਲੇ ਵੀ ਰਿਸ਼ਵਤ ਚੱਲਦੀ ਸੀਗੀ, ਠੀਕ ਹੈ ਜੀ, ਇਹ ਬਿਮਾਰੀ ਕੋਈ ਨਵੀਂ ਨਹੀਂ ਹੈਗੀ ਹੁਣ, ਇਹ ਠੀਕ ਹੈ, ਵੱਧ ਬਹੁਤ ਗਈ ਆ ਜੀ, ਹੈ ਜੋ ਮੈਂ ਉੱਥੇ ਮੈਂ ਕਾਫੀ ਆਪਣਾ ਬਿਜ਼ਨਸ ਵੀ ਕੀਤੇ ਆ, ਹਰ ਇੱਕ ਬੰਦੇ ਨਾਲ ਮਿਲਿਆ ਜੁਲਿਆ ਵੀ ਆ, ਇਹ ਰਿਸ਼ਵਤ ਕੋਈ ਨਵੀਂ ਨਹੀਂ ਸ਼ੁਰੂ ਹੋਈ, ਚੱਲਦੀ ਆਈ ਆ। ਫਿਰ ਜਿਵੇਂ ਕਈ ਕਹਿੰਦੇ ਜੀ ਪਟਵਾਰੀ ਨੇ 20,000 ਮੰਗ ਲਿਆ ਫਲਾਨੇ ਨੇ, ਉਹ ਪਟਵਾਰੀ ਇਕੱਲਾ ਨਹੀਂ ਖਾਂਦਾ, ਉਹ ਮਿਨਿਸਟਰਾਂ ਤੇ ਫਿਰ ਜਾਂਦੀ ਉਹਨਾਂ ਦੀ ਕਮਾਈ ਜਿਹੜੀ ਆ, ਹੈ ਜੋ ਜੋ ਮੈਂ ਦੇਖਿਆ, ਠੀਕ ਨਹੀਂ, ਉੱਥੇ ਤਾਣੀ ਉਲਝੀ ਹੋਈ ਆ, ਇਹਨੂੰ ਆਪਾਂ ਨਹੀਂ ਗੰਢ ਦੇ ਸਕਦੇ, ਜਿਹਦੇ ਤਾਣੀ ਦਾ ਕਹਿੰਦੇ ਟੰਗ ਟੁੱਟ ਦੰਦ ਟੁੱਟ ਜਾਵੇ ਉਹ ਤਾਂ ਆਪਾਂ ਗੰਢ ਸਕਦੇ ਹਾਂ, ਜਿਹੜੀ ਤਾਣੀ ਉਲਝੀ ਹੋਈ ਆ। ਹੁਣ ਤੁਸੀਂ ਇਹ ਦੱਸੋ, ਜਿਹੜੇ ਕਰੋੜਾਂ ਰੁਪਈਆ ਲਾ ਕੇ ਮਿਨਿਸਟਰ ਬਣਦੇ, MLA, MP ਬਣਦੇ ਆ, ਉਹ ਕੱਲ੍ਹ ਨਹੀਂ ਬਣਦੇ ਆ,
ਕਿੱਥੋਂ ਪੈਸੇ ਪੂਰੇ ਕਰਦੇ ਆ ਹਨਾ। ਇਹ ਤਾਣੀ ਉਲਝੀ ਹੋਈ ਆ, ਇਹਦਾ ਹੱਲ ਕੋਈ ਨਹੀਂ ਗਾ। ਅਸੀਂ ਮੈਂ ਹੁਣ ਜਾਣਾ ਆ, ਮੇਰੇ ਵੀ ਕਈ ਕੰਮ ਹੁੰਦੇ ਆ, ਮੈਂ ਤਾਂ 2-4 ਸੌ, 2 ਹਜ਼ਾਰ, 2 ਹਜ਼ਾਰ, 2 ਦੇ ਕੇ ਕੰਮ ਕਰਾ ਲੈਣਾ, ਮਨ ਚ ਬਹੁਤਾ ਪਰੇਸ਼ਾਨੀ ਪਾਉਂਦਾ ਹੀ ਨੀ ਗਾ, ਠੀਕ ਨਹੀਂ। ਤੇ ਉਹ ਉੱਥੇ ਉੱਥੇ ਬਿਹਾਰ ਬਣ ਚੁੱਕਾ, ਇੱਥੇ ਅਸੀਂ ਆ ਕੇ ਇੱਥੇ ਦੇ ਕਾਨੂੰਨ ਲੱਭਦੇ ਹਾਂ ਉੱਥੇ, ਪਰ ਇੱਥੇ ਅਸੀਂ ਪੂਰੇ ਟੈਕਸ ਪੇ ਕਰਦੇ ਹਾਂ, ਪੂਰਾ ਸਾਨੂੰ ਡਰ ਆ ਟਿਕਟ ਨਾ ਮਿਲ ਜਾਏ, ਅੱਧੀ ਰਾਤ ਹੋਵੇ ਹਜ਼ਾਰ 'ਚ ਤੁਸੀਂ ਗੱਡੀ ਮੂਹਰੇ ਰੈੱਡ ਲਾਈਟ ਹੈਗੀ, ਤੁਸੀਂ ਉਹਨੂੰ ਕ੍ਰੋਸ ਨਹੀਂ ਕਰ ਸਕਦੇ ਜੀ, ਹੈਂਜੀ। ਇੱਥੇ ਡਰ ਆ ਕਾਨੂੰਨ ਦਾ, ਇਸ ਕਰਕੇ ਇੱਥੇ ਪੂਰੇ ਟੈਕਸ ਵੀ ਪੇ ਕਰਦੇ ਹਾਂ ਅਸੀਂ, ਉੱਥੇ ਨਾ ਪਾਈਏ ਅਸੀਂ ਟੈਕਸ ਪੂਰਾ ਪੇ ਕਰਦੇ ਹਾਂ, ਨਾ ਅਸੀਂ ਗੌਰਮੈਂਟ ਨੂੰ ਪੂਰਾ ਦਿੰਦੇ ਹਾਂ, ਤੇ ਗੌਰਮੈਂਟ ਦੀ ਉਦਾਂ ਦੀ ਬਣ ਗਈ ਹੈ ਜਿੱਦਾਂ ਦੇ ਅਸੀਂ ਬਣ ਗਏ ਹਾਂ। ਮੈਨੂੰ ਨਹੀਂ ਪਤਾ ਕਿ ਸਾਰੇ ਲੋਕ ਉੱਥੇ ਟੈਕਸ ਪੂਰਾ ਪੇ ਕਰਦੇ ਆ, ਨਹੀਂ ਕਰਦੇ। ਰਜਿਸਟਰੀਆਂ ਦੀ ਗੱਲ ਆ, ਜ਼ਮੀਨ ਦਾ ਭਾਅ ਉੱਥੇ 10 ਲੱਖ ਮਰ ਲਏਦਾ ਤੇ ਰਜਿਸਟਰੀ 1 ਲੱਖ ਮਰ ਲੈਣਾ ਹੋਣ ਡਈ ਆ, ਉਹ ਚ ਦੋਸ਼ੀ ਹੈ ਨੀ ਅਸੀਂ, ਠੀਕ ਨਹੀਂ। ਤੇ ਸੋ ਇਸ ਕਰਕੇ ਹਰ ਇੱਕ ਦੀ ਗੱਲ ਮੈਂ ਸੁਣ ਰਿਹਾ, ਸੱਚੇ ਆ ਸਾਰੇ ਲੋਕ, ਪਰ ਉਹ ਇਹ ਆ ਵੀ ਉੱਥੇ ਤਾਣੀ ਉਲਝੀ ਹੋਈ ਆ, ਇਹਦਾ ਹੱਲ ਨੀ ਹੈਗਾ। ਇਹ ਤੇ ਏਦਾਂ ਹੀ ਚੱਲਣਾ ਕੁੜੀਏ, ਏਦਾਂ ਹੀ ਚੱਲਣਾ ਕੁੜੀਏ, ਹੈਂ। ਥੈਂਕ ਯੂ ਤੁਹਾਡੀ ਕਾਲ ਲਈ, ਤੁਹਾਡੇ ਵਿਚਾਰ ਲਈ। ਬਟ ਗੱਲ ਦਾ ਇਹੀ ਬਣਦੀ ਹੈ ਨਾ ਕਿ ਅਗਰ ਆਪਾਂ ਕੁਛ ਚੇਂਜ ਲਾਣਾ ਹੈ ਤੇ ਜੋ ਚੀਜ਼ ਸਾਨੂੰ ਪਤਾ ਹੈ ਇੱਕ ਗਲਤ ਤਰੀਕੇ ਨਾਲ ਚੱਲ ਰਹੀ ਹੈ, ਉਹਨੂੰ ਸਾਨੂੰ ਸਪੋਰਟ ਨਹੀਂ ਕਰਨੀ ਚਾਹੀਦੀ। ਸਾਡੇ ਕੋਲ ਐਕਸਟਰਾ ਪੈਸੇ ਵਾਧੂ ਹੈ ਉਹਨਾਂ ਨੂੰ ਸੇਵਾ ਕਰਨ ਲਈ, ਬਟ ਡਜ਼ਨਟ ਮੀਨ ਕਿ ਉਹ ਚੀਜ਼ ਸਹੀ ਹੈ। ਹੋਰ ਸੁਣਦੇ ਹਾਂ ਵਿਚਾਰ। ਸਤਿ ਸ਼੍ਰੀ ਅਕਾਲ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਮੈਂ ਜੀ ਕੈਪਟਨ ਨਰਿੰਦਰ ਸਿੰਘ ਸਰੀ ਤੋਂ ਬੋਲ ਰਿਹਾ ਜੀ, ਦੱਸੋ। ਹਾਂ ਜੀ, ਮੈਂ ਇਸ ਤਰ੍ਹਾਂ ਆਪ ਵੀ, ਮੈਂ 2007 'ਚ ਮੈਨੂੰ ਲੜਕੇ ਨੇ ਆਖਿਆ ਵੀ ਵਿਆਹ ਰਜਿਸਟਰ ਕਰਾਉਣਾ ਜੀ, ਮੈਂ ਰਜਿਸਟਰ ਕਰਾਉਣੀ ਆ। ਮੈਂ ਉਹ ਕਲਰਕ ਤੋਂ ਸਭ ਕੁਝ ਪੁੱਛਿਆ ਵੀ ਤਰ੍ਹਾਂ ਆਪਣੇ ਪੇਰੈਂਟਸ ਵਗੈਰਾ ਲੈ ਜਾਣੇ ਸੀ, ਲੈ ਗਏ। ਅਸੀਂ ਜਾ ਕੇ ਤਹਿਸੀਲਦਾਰ ਦੇ ਪੇਸ਼ ਹੋ ਗਏ, ਤਹਿਸੀਲਦਾਰ ਪੇਸ਼ ਹੋ ਗਏ ਤੇ ਸਹਿਨ ਹੋ ਗਏ, ਸਭ ਕੁਝ ਠੀਕ ਹੋ ਗਿਆ। ਮੈਂ ਸ਼ੋਰਟ ਦੱਸ ਰਿਹਾ ਤੁਹਾਨੂੰ ਬਿਲਕੁਲ ਜੀ ਜੀ। ਅੱਛਾ ਜੀ, ਤੇ ਅਸੀਂ ਕਰਕੇ ਸਹਿਨ, ਮੈਂ ਤੇ ਵਾਈਫ 'ਚ ਮੇਰੇ ਰਿਸ਼ਤੇਦਾਰ ਤੇ ਮੇਰੇ ਸਾਰੇ ਵਾਪਸ ਆ ਕੇ ਬਾਹਰ ਹੋ ਗਏ। ਹਾਂਜੀ, ਰੀਡਰ ਆ ਕਹਿੰਦਾ ਸਰਦਾਰ ਜੀ 3500 ਰੁਪਇਆ ਮੰਗਦਾ ਤਹਿਸੀਲਦਾਰ। ਮੈਂ ਕਿਹੜੀ ਚੀਜ਼ ਦਾ ਅੰਦਰ ਵੀ ਪਾਉਂਦਾ, ਮੈਂ ਤਾਂ ਦੇਣੇ ਕਾਗਜ਼ 3500 ਰੁਪਏ ਦਿਓ ਗਏ। ਅੱਛਾ, ਮੈਂ ਮੇਰੀ ਸੁਣ ਗੱਲ, ਨਾ ਮੇਰੇ ਮੂੰਹ 'ਚ ਦੰਦ ਕੋਈ ਹੈਗਾ, ਨਾ ਇਹਦੇ ਮੂੰਹ 'ਚ ਕੋਈ ਦੰਦ ਆ। ਮੈਂ ਕੋਈ ਕੱਢ ਕੇ ਲਿਆਂਦੀ ਆ ਜਾਂ ਮੈਂ 2 ਨੰਬਰ ਕਰ ਰਿਹਾ? ਸਹੀ ਮੇਰੀ ਕਾਰਵਾਈ ਆ ਜੀ? ਕਹਿੰਦਾ ਨਹੀਂ ਜੀ, 3500 ਮੰਗਦਾ ਹੀ ਮੰਗਦਾ। ਸਾਡੀ ਤਹਿਸੀਲਦਾਰ ਤਹਿਸੀਲ ਖਡੂਰ ਸਾਹਿਬ ਜੀ ਇੱਥੇ ਵੀ ਸੋਮਵਾਰ ਅਤੇ ਵੀਰਵਾਰ ਨੂੰ ਖੁੱਲ੍ਹੀ ਸੀ। ਮੈਂ ਅੱਜ ਭਾਈ ਬਾਕੀ ਸਾਹਿਬ ਵੀ ਮੈਂ ਅਨਪੜ੍ਹ ਆਦਮੀ ਹਾਂ, ਮੇਰੇ ਕੋਲ 3500 ਗਏ ਜਾਂ ਮੈਂ ਤੈਨੂੰ 5000 ਰੁਪਏ ਦੇਊਂਗਾ, ਪਰ ਦੇਊਂਗਾ ਅੱਜ ਸੋਮਵਾਰ ਆ, ਦੇਊਂਗਾ ਵੀਰਵਾਰ। ਅਤੇ ਉਹ ਜਾ ਕੇ ਉਹਨੂੰ ਆਉਂਦਾ ਵੀ ਤਹਿਸੀਲਦਾਰ ਨੂੰ ਵੀ ਉਹ ਕੈਪਟਨ ਸਾਹਿਬ ਆਉਂਦੇ ਆ ਵੀ ਅੱਜ ਤਾਂ ਮੇਰੇ ਕੋਲ ਪੈਸੇ ਨਹੀਂ, ਨਾ ਮੈਂ ਗਿਣ ਸਕਦਾ ਪੈਸੇ, ਮੈਂ ਅਨਪੜ੍ਹ ਆਦਮੀ ਹਾਂ, ਮੈਂ ਤੈਨੂੰ ਵੀਰਵਾਰ ਦਊਂਗਾ ਪੈਸੇ, ਲੇਕਿਨ ਸ਼ਰਤ ਆ ਵੀ ਤੂੰ ਨਹੀਂ ਪੈਸੇ ਲਵੇਂਗਾ, ਉੱਥੇ ਤਾਂ ਤਹਿਸੀਲਦਾਰ ਮੇਰੇ ਕੋਲ ਪੈਸੇ ਫੜੇ, ਉਹ ਟਾਈਮ ਦੇਵੇ ਕਿੰਨੇ ਟਾਈਮ ਪੈਸੇ ਫੜੂੰਗਾ ਮੈਂ। ਰੀਡਰ ਨੇ ਜਾ ਕੇ ਦੱਸਿਆ ਉਹਨੂੰ ਵੀ ਉਹ ਕੈਪਟਨ ਸਾਹਿਬ ਇਸ ਤਰ੍ਹਾਂ ਆਉਂਦੇ ਆ, ਉਹ ਕਹਿੰਦਾ ਜਾ ਉਹਨੂੰ ਗਰਾਉਂਡ ਲਾ, ਉਹਨੇ ਨਹੀਂ ਆਪਾਂ ਨੂੰ ਕੁਝ ਦੇਣਾ। ਅੱਛਾ ਜੀ, ਇਸ ਕਰਕੇ ਆਪਾਂ ਇਹਨਾਂ ਨੂੰ ਖੁਦ ਹੀ ਗਿਝਾ ਲੈਂਦੇ ਹਾਂ, ਇਹਨਾਂ ਨੂੰ ਥੋੜ੍ਹਾ ਜਿਹਾ ਤਗੜੇ ਹੋ ਕੇ ਕਰਨਾ ਚਾਹੀਦਾ, ਬਿਲਕੁਲ ਨਹੀਂ ਇਹਨਾਂ ਨੂੰ ਕਰਨ 'ਚ ਬੜੇ ਲੋਕ ਹੈ, ਇੱਥੇ ਵਾਪਿਸ ਆ ਜਾਂਗੇ ਤੇ ਕੀ ਹਾਲ ਬਣੂਗਾ ਪੰਜਾਬ ਦਾ। ਇੱਕ ਹੋਰ ਕਾਲ ਲੈਂਦੇ ਆ ਬ੍ਰੇਕ ਤੋਂ ਪਹਿਲੇ। ਸਤਿ ਸ਼੍ਰੀ ਅਕਾਲ, ਦੱਸੋ ਤੁਹਾਡਾ ਕੀ ਨਾਮ ਹੈ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਅਸੀਂ ਕੈਲੀਫੋਰਨੀਆ ਤੋਂ ਬੋਲਦੇ ਆ ਜੀ। ਤੇ ਹਾਂਜੀ, ਮੇਰਾ ਨਾਮ ਜਸਵਿੰਦਰਪਾਲ ਸਿੰਘ ਆ ਤੇ ਮੇਰੀ ਵਾਈਫ ਦਾ ਨਾਮ ਕਿਸ਼ਨ ਕੌਰ ਸਿੰਘ ਆ ਜੀ। ਤੇ ਜਿੱਦਾਂ ਸਾਡੀ ਉੱਥੇ ਪ੍ਰੋਪਰਟੀ ਆ ਇੰਡੀਆ ਜੀ, ਤੇ ਇਹ ਜਿੱਦਾਂ ਸਾਡੇ ਨਾ ਜਿੱਦਾਂ ਮੇਰੇ ਫਾਦਰ ਲਾ 1924 'ਚ ਇੱਥੇ ਆਏ ਸੀ, ਤੇ ਉਹਨਾਂ ਨੇ ਜਿੱਦਾਂ ਇਹ ਪ੍ਰੋਪਰਟੀ ਖਰੀਦੀ ਸੀ ਇੰਡੀਆ ਦੇ ਵਿੱਚ ਜੀ। ਤੇ ਉਹ ਪ੍ਰੋਪਰਟੀ ਜਿੱਦਾਂ 3-4 ਭਰਾ ਸੀਗੇ ਤੇ ਇੱਕ ਭੈਣ ਸੀ, ਸਾਰਿਆਂ ਦੇ ਨਾਮ ਆ ਜੀ। ਤੇ ਜਿਸ ਤਰ੍ਹਾਂ ਹੁਣ ਬ੍ਰਦਰ ਕਹਿੰਦੇ ਵੀ ਅਸੀਂ ਤੁਹਾਨੂੰ ਕੋਈ ਹਿੱਸਾ ਨਹੀਂ ਦੇਣਾ, ਪਰ ਉਹ ਪ੍ਰੋਪਰਟੀ ਜਿਹੜੀ ਉਹ ਆਲਰੇਡੀ ਜਿੱਦਾਂ ਸਾਰੇ ਭੈਣ ਭਰਾ ਦੇ ਨਾਮ ਆ,
अफसर बने हुए है उन्होंने पूछना चाहते कि वह की कर सकते साढ़े लिए जो एन आर आईज के मसले है जो हल नहीं हो रहे इतों बह के वह उतों की कर सकते साढ़े लिए बट ये गल एक बार फिर करांगे ब्रेक तो बाद ਸਾਰਿਆਂ ਦਾ ਇੱਕ ਵਾਰ ਫਿਰ ਸਵਾਗਤ ਹੈ ਤੁਸੀਂ ਵੇਖ ਰਹੇ ਹੋ ਅੱਜ ਦਾ ਮੁੱਦਾ ਤੇ ਗੱਲ ਹੋ ਰਹੀ ਹੈ ਐਨ ਆਰ ਆਈਜ਼ ਦੇ ਮਸਲੇ ਜਦੋਂ ਉਹ ਜਾਂਦੇ ਆ ਪੰਜਾਬ ਵਿੱਚ ਭਾਵੇਂ ਉਹ ਪ੍ਰੋਪਰਟੀ ਦੇ ਮਸਲੇ ਹੋਣ ਵਿਆਹ ਦੇ ਮਸਲੇ ਹੋਣ ਜਾਂ ਹੋਰ ਵੀ ਕੋਈ ਮਸਲੇ ਉਹਨਾਂ ਨੂੰ ਜੋ ਪ੍ਰੋਬਲਮਾਂ ਆਉਂਦੀਆਂ ਉਹਨਾਂ ਦੇ ਕੀ ਹੱਲ ਹੈ ਕਾਲਰਸ ਤੋਂ ਸੁਣਦੇ ਹਾਂ ਉਹਨਾਂ ਦੇ ਐਕਸਪੀਰੀਅੰਸਿਸ ਸਤਿ ਸ਼੍ਰੀ ਅਕਾਲ ਤੁਸੀਂ ਔਨ ਏਅਰ ਹੋ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ ਹੈਲੋ ਮੈਂ ਕੈਲੀਫੋਰਨੀਆ ਤੋਂ ਬੋਲਦਾ ਜੀ ਤੁਹਾਡਾ ਨਾਮ ਮੇਰਾ ਨਾਮ ਜਸਵਿੰਦਰਪਾਲ ਸਿੰਘ ਆ ਜੀ ਹਾਂਜੀ ਮੇਰਾ ਕੁਐਸਚਨ ਆ ਵੀ ਮੇਰੀ ਮਿਸਿਜ ਦੇ ਨਾਲ ਪ੍ਰਾਪਰਟੀ ਆ ਇੰਡੀਆ ਜੀ ਉਹਨਾਂ ਦੇ ਫਾਦਰ ਨੇ ਉਹਨਾਂ ਲੈ ਕੇ ਦਿੱਤੀ ਉਹ ਇੱਥੇ ਯੂ ਐਸ ਵਿੱਚ 1924 ਚ ਆਏ ਸੀਗੇ ਜੀ 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 ਤੇ ਉਹਨਾਂ ਦੇ ਚਾਰ ਬ੍ਰਦਰ ਆ ਤੇ ਇੱਕ ਸਿਸਟਰ ਆ ਉਹ ਸਾਰਿਆਂ ਦਾ ਬਰਾਬਰ ਦਾ ਹਿੱਸਾ ਵਾ ਤੇ ਉਹ ਜਿੱਦਾਂ ਬ੍ਰਦਰ ਵੀ ਇੱਥੇ ਯੂ ਐਸ ਚ ਰਹਿੰਦੇ ਆ ਤਾਂ ਸਿਸਟਰ ਵੀ ਰਹਿੰਦੀ ਆ ਉਹ ਜਿੱਦਾਂ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਹਿੱਸਾ ਨਹੀਂ ਲੈ ਸਕਦੇ ਹਾਂਜੀ ਜਸਵਿੰਦਰ ਜੀ ਤੁਸੀਂ ਹੁਣੇ ਹਾਂਜੀ ਤੁਸੀਂ ਹੁਣੇ ਫੋਨ ਕੀਤਾ ਸੀ ਰਾਈਟ ਕਿ ਤੁਹਾਡਾ ਸਾਰਿਆਂ ਦਾ ਨਾਮ ਲੇਕਿਨ ਜਦਾਦ ਤੇ ਲਿਖਿਆ ਹੋਇਆ ਹਾਂਜੀ 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 ਤੇ ਹੁਣ ਤਾਂ ਦੱਸੋ ਵੀ ਅਸੀਂ ਕੀ ਕਰੀਏ ਉਹ ਸਾਰੀ ਪ੍ਰਾਪਰਟੀ ਸਾਡੇ ਨਾਮ ਆ ਜਿੰਦਾ ਸਾਡੇ ਪ੍ਰਾਪਰਟੀ जसविंदर जी एदा हल अपा भी लभ रहे हैं साडे वालों पूरी एफर्ट हुन लगूगी कि पंजाब विच जो इस तरह के इशूज आते हैं तो एन आर आईज ले की रिसोर्स हैगे उत्थे जो तुहानू इस चीज़ विच हेल्प करनगे मैं तुहाडी इनफॉर्मेशन लिख ली है तो आप इस चीज़ से जरूर वर्क करके तुहानू कोशिश करांगे हेल्प करने की थैंक यू सो मच तो क्लोजिंग विच मैं ये सारिआं नू कहना चाहूँगी कि ये तो सिर्फ पहला एपीसोड है इस टॉपिक ते कि सानू पता है एन आर आई हो के पंजाब विच या तुसी इंडिया भी कह लो जो तुसी जाना हुंदा है की तकलीफां आंदियां इस चीज़ ते कमेंट करन ले क्लोजिंग विच मैं फोन ते लेना चाहांगी सुखी चाहल जी नू सुखी जी तुसी ऑन एयर हो गल हो रही है कि जदो एन आर आईज नू कोई भी इशूज आंदे हैं पंजाब विच भावें वह जायदाद का कोई डिस्प्यूट होए भावें वह विआह का कोई फ्रॉड होए या कोई जिदा गलत एफ आई आर दर्ज की जाती है उन्होंने तो इन चीज़ों के हल एक आम एन आर आई किदा कढ सकदा है ਸੁਨੀਤਾ ਜੀ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਤੁਹਾਡੇ ਜਸ ਪੰਜਾਬੀ ਦੇ ਤੁਹਾਡੇ ਪ੍ਰੋਗਰਾਮ ਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਪਹਿਲੀ ਗੱਲ ਤਾਂ ਮੈਂ ਅੱਜ ਦੇ ਮੁੱਦੇ ਤੋਂ ਥੋੜ੍ਹਾ ਜਿਹਾ ਹੱਟ ਕੇ ਇੱਕ ਗੱਲ ਕਰਦਾ ਹੈਗਾ ਮੈਂ ਤੁਹਾਡੇ ਮੁੱਦੇ ਦੇ ਵਿੱਚ ਤੁਹਾਨੂੰ ਦੇਖ ਕੇ ਇਸ ਵਿਸ਼ੇ ਦੇ ਉੱਤੇ ਤੁਸੀਂ ਗੱਲ ਕਰਦੇ ਹੈਗੇ ਹੋ ਉੱਥੇ ਜੰਮੇ ਪੜੇ ਵੱਡੇ ਹੋ ਕੇ ਇਸ ਕਲਚਰ ਦੇ ਵਿੱਚ ਰਹਿ ਕੇ ਤੁਸੀਂ ਏਦਾਂ ਦੀਆਂ ਗੱਲਾਂ ਕਰ ਰਹੇ ਹੈਗੇ ਹੋ ਇੰਨੀ ਸੋਹਣੀ ਪੰਜਾਬੀ ਬੋਲ ਰਹੇ ਹੈਗੇ ਹੋ ਯੂ ਆਈ ਐਮ ਰੀਅਲੀ ਪ੍ਰਾਊਡ ਆਫ ਯੂ ਕਿਉਂ ਤੁਸੀਂ ਬਹੁਤ ਲੋਕਾਂ ਨੂੰ ਇੰਸਪਾਇਰ ਕਰੋਗੇ ਹੈਗੇ ਤੁਹਾਡੇ ਨੂੰ ਦੇਖ ਕੇ ਹੋਰ ਵੀ ਲੜਕੀਆਂ ਜਿਹੜੀਆਂ ਹੈਗੀਆਂ ਉਹ ਬਹੁਤ ਇੰਸਪਾਇਰ ਹੋਣਗੀਆਂ ਤੁਹਾਡਾ ਪ੍ਰੋਗਰਾਮ ਮੈਨੂੰ ਬਹੁਤ ਅੱਛਾ ਲੱਗਿਆ ਹੈਗਾ ਜਸਟ ਕੀਪ ਇਟ ਅਪ ਬਹੁਤ ਬਹੁਤ ਅੱਛਾ ਲੱਗਿਆ ਹੈਗਾ ਕਿਉਂਕਿ ਹਾਲਾਂਕਿ ਤੁਸੀਂ ਇੱਥੇ ਜੰਮੇ ਪਲੇ ਹੋਣ ਕਰਕੇ ਵੀ ਤੁਹਾਡਾ ਤੁਸੀਂ ਕਿਸ ਵਿਸ਼ੇ ਤੇ ਗੱਲ ਕਰਦੇ ਹੈਗੇ ਉਹ ਵਿਸ਼ਾ ਬਹੁਤ ਡੂੰਘਾ ਹੈਗਾ ਇਹਦੇ ਉੱਤੇ ਮੈਂ ਥੋੜੀ ਜਿਹੀ ਮੈਂ ਗੱਲ ਕਰਦਾ ਕਿਉਂਕਿ ਇਹਨਾਂ ਸਿਚੁਏਸ਼ਨਾਂ ਦੇ ਵਿੱਚੋਂ ਮੈਂ ਖੁਦ ਵੀ ਬਹੁਤ ਨਿਕਲ ਚੁੱਕਿਆ ਹੈਗਾ ਪਹਿਲੀ ਗੱਲ ਤਾਂ ਹੁੰਦਾ ਹੈ ਕਿ ਵੀ ਇਹ ਜਦੋਂ ਜਿਹੜੇ ਆਪਾਂ ਨੂੰ ਜ਼ਿਆਦਾ ਪ੍ਰੋਬਲਮ ਆਉਂਦੀ ਹੈਗੀ ਹੈ ਸਰਕਾਰ ਤੋਂ ਤਾਂ ਜਿਹੜੀ ਆਉਂਦੀ ਹੈਗੀ ਹੈ ਕਈ ਵਾਰੀ ਆਪਣੇ ਜਿਹੜੇ ਪਰਿਵਾਰਕ ਲੋਕੀ ਹੁੰਦੇ ਹੈਗੇ ਨੇ ਆਪਣੇ ਰਿਸ਼ਤੇਦਾਰ ਹੁੰਦੇ ਹੈਗੇ ਨੇ ਸਭ ਤੋਂ ਜ਼ਿਆਦਾ ਤੁਹਾਡੇ ਲਈ ਪ੍ਰੋਬਲਮ ਉਹੀ ਕ੍ਰੀਏਟ ਕਰਦੇ ਹੈਗੇ ਨੇ ਇੱਥੋਂ ਕਈ ਕਿਸੇ ਦਾ ਹੁੰਦਾ ਹੈਗਾ ਕਿਸੇ ਦਾ ਕੋਈ ਜ਼ਮੀਨ ਦਾ ਝਗੜਾ ਹੈਗਾ ਉਹ ਵੀ ਆਪਣੇ ਬੰਦੇ ਹੁੰਦੇ ਨੇ ਕਿਸੇ ਨੂੰ ਫਸਾਤਾ ਕਿਸੇ ਨੂੰ ਪੈਸੇ ਦੇ ਕੇ ਫਸਾਤਾ ਬਾਅਦ ਵਿੱਚ ਆਪਾਂ ਕਹਿੰਦੇ ਹੈਗਾ ਜੀ ਉਹ ਕਰਤਾ ਸਰਕਾਰਾਂ ਨੇ ਕਰਤਾ ਪੁਲਿਸ ਨੇ ਕਰ ਦਿੱਤਾ ਹੈਗਾ ਓਬਵੀਅਸਲੀ ਉਹਨਾਂ ਦੇ ਵਿੱਚ ਵੀ ਕੁਛ ਰੋਂਗ ਹੈਗੇ ਨੇ ਪਰ ਇਸ ਕਰਕੇ ਵੀ ਆਪਾਂ ਨੂੰ ਕੁਛ ਪ੍ਰਿਕੋਸ਼ਨ ਇਹ ਲੈਣੇ ਪੈਣ ਚਾਹੀਦੇ ਹੈਗੇ ਨੇ ਵੀ ਜਦੋਂ ਤੁਸੀਂ ਆਪਣੇ ਬਿਹਾਫ ਤੇ ਪਹਿਲੀ ਗੱਲ ਤਾਂ ਤੁਸੀਂ ਕੋਈ ਏਦਾਂ ਦਾ ਗਲਤ ਕੰਮ ਕਰੋ ਹੀ ਨਾ ਜਿਹਦੇ ਕਰਕੇ ਤੁਹਾਨੂੰ ਕੋਈ ਸਮੱਸਿਆ ਆਵੇ ਹੈਗੀ ਨੰਬਰ 2 ਜਿਹੜਾ ਹੈਗਾ ਤੁਸੀਂ ਜਦੋਂ ਵੀ ਤੁਸੀਂ ਕਿਤੇ ਵੀ ਕੰਟਰੀ ਜਾਂਦੇ ਹੈਗੇ ਹੋ ਇੰਡੀਆ ਜ਼ਰੂਰੀ ਨਹੀਂ ਹੈਗਾ ਕਿਸੇ ਵੀ ਕੰਟਰੀ ਜਿਹੜਾ ਤੁਹਾਡਾ ਲੋਕਲ ਐਂਬੈਸੀ ਹੁੰਦੀ ਹੈਗੀ ਹੈ ਯੂਐਸ ਐਂਬੈਸੀ ਹੈਗੀ ਹੈ ਉਹਦਾ ਨੰਬਰ ਜ਼ਰੂਰ ਲੈ ਕੇ ਜਾਓ ਉਹਨਾਂ ਦੀ ਇੱਕ ਹੈਲਪਲਾਈਨ ਹੁੰਦੀ ਹੈਗੀ ਹੈ ਤੁਹਾਨੂੰ ਕੋਈ ਵੀ ਪ੍ਰੋਬਲਮ ਆਉਂਦੀ ਹੈਗੀ ਹੈ ਤੁਹਾਨੂੰ ਯੂ ਸ਼ੁੱਡ ਬੀ ਦ ਫਸਟ ਵਨ ਤੋਂ ਉਹਨਾਂ ਨੂੰ ਕੰਟੈਕਟ ਕਰੋ ਹੈਗੇ ਕਿਉਂਕਿ ਤੁਸੀਂ ਯੂਐਸ ਸਿਟੀਜ਼ਨ ਹੁੰਦੇ ਹੈਗੇ ਹੋ
ਤਾਂ ਕਰਕੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈਗੀ ਆ ਕੰਮ, ਤੇ ਇਸ ਕਰਕੇ ਜਦੋਂ ਉਹਨਾਂ ਦੇ ਨੋਟਿਸ ਦੇ ਵਿੱਚ ਆ ਜਾਂਦਾ ਹੈਗਾ ਵੀ ਤੁਹਾਡੀ ਜਿਹੜੀ ਲੋਕਲ ਗਵਰਨਮੈਂਟ ਹੈਗੀ ਹੈ ਕਿਸੇ ਵੀ ਕੰਟਰੀ ਦੀ ਹੈਗੀ, ਉਹ ਤੁਹਾਡੇ ਤੇ ਕੋਈ ਜ਼ਿਆਦਾ ਤੁਹਾਡੇ ਨਾਲ ਨਜਾਇਜ਼ ਨਹੀਂ ਕਰ ਸਕਦੀ ਹੈਗੀ। ਦੂਜੀ ਗੱਲ ਜੇ ਆਪਾਂ ਪੰਜਾਬ ਤੇ ਆਈਏ ਹੈਗੇ, ਤੁਸੀਂ ਪੰਜਾਬ ਦਾ ਇੱਕ NRI ਕਮਿਸ਼ਨ ਹੈਗਾ, NRI ਜਿਹੜੀ ਪੁਲਿਸ ਲਾਈਨ ਤੇ ਉੱਥੇ ਥਾਣੇ ਵੀ ਬਣੇ ਹੋਏ ਹੈਗੇ ਨੇ, ਉਹਨਾਂ ਨੂੰ ਇੱਕ ਹੈਡ ਕਰਦਾ ਹੈਗੇ ADGP ਰੈਂਕ ਦਾ, ਇੱਕ IPS ਆਫਿਸਰ ਹੁੰਦਾ ਹੈਗਾ, ਉਹਨਾਂ ਨੂੰ ਜ਼ਰੂਰ ਤੁਸੀਂ ਉਹ ਕਰਨਾ ਚਾਹੀਦਾ, ਕੰਪਲੇਨ ਕਰਨੀ ਚਾਹੀਦੀ ਹੈ ਜੇਕਰ ਤੁਹਾਡੇ ਨਾਲ ਕੋਈ ਤੁਹਾਨੂੰ ਲੱਗਦਾ ਵੀ ਨਜਾਇਜ਼ ਕਰ ਹੋ ਰਹੀ ਹੈਗੀ ਹੈ ਕਿਸੇ ਵੱਲੋਂ ਵੀ ਹੋ ਰਹੀ ਹੈਗੀ ਹੈ। ਕਿਉਂਕਿ ਜਿੰਨੀ ਦੇਰ ਤੱਕ ਤੁਸੀਂ ਨੋਟਿਸ ਨਹੀਂ ਕਰਦੇ ਹੈਗੇ ਨਾ, ਤੁਸੀਂ ਉੱਥੇ ਕੋਈ FIR ਨਹੀਂ ਕਰਾਉਂਦੇ ਹੈਗੇ ਜਾਂ ਉੱਥੇ ਕੋਈ ਪੇਪਰ ਵਰਕ ਦੇ ਵਿੱਚ ਲੀਗਲੀ ਨਹੀਂ ਕੁਛ ਕਰਦੇ ਹੈਗੇ, ਇਹਦਾ ਮਤਲਬ ਤੁਹਾਡੀ ਕੋਈ ਹੈਲਪ ਨਹੀਂ ਕਰ ਸਕਦਾ ਹੈਗਾ। ਦੂਜੀ ਗੱਲ ਹੁੰਦੀ ਹੈ ਵੀ ਤੁਹਾਨੂੰ ਜੇਕਰ ਕੋਈ ਏਦਾਂ ਦੀ ਜ਼ਿਆਦਾ ਕੋਈ ਸੀਰੀਅਸ ਸਮੱਸਿਆ ਹੈਗੀ ਹੈ, ਉਹਦੀ ਕੋਈ ਲੋਕਲ ਹੈਲਪ ਲਾਈਨ ਜਿਹੜੀ ਆਪਣੀ ਲੀਗਲ ਹੈਲਪ ਕੋਈ ਲੋਕਲ ਵਕੀਲ ਹੈ ਨਾ, ਉਹਦੀ ਰਾਏ ਲੈਣੀ ਬਹੁਤ ਜ਼ਰੂਰੀ ਹੁੰਦੀ ਹੈਗੀ ਹੈ। ਆਪਾਂ ਕੀ ਕਰਦੇ ਹੁੰਦੇ ਹੈਗੇ, ਆਪਾਂ ਜਿਹੜੇ NRI ਹੁੰਦੇ ਹੈਗੇ ਆ ਉਹ ਲੋਕਲੀ, ਆਪਾਂ ਕਈ ਵਾਰੀ ਆਪਾਂ ਅਨਸੈਸਰੀ ਗਲਤ ਬੰਦਿਆਂ ਦੇ ਪਿੱਛੇ ਟਾਈਮ ਖਰਾਬ ਕਰ ਦਿੰਦੇ ਹੈਗੇ ਆ ਵੀ ਮੈਨੂੰ ਲੋਕਲ MLA ਜਾਣਦਾ ਜੀ, ਮੈਨੂੰ ਮੰਤਰੀ ਜਾਣਦਾ ਹੈਗਾ, ਉਹਨਾਂ ਨੇ ਕਿਸੇ ਦਾ ਕੁਛ ਨਹੀਂ ਕਰਨਾ ਹੁੰਦਾ ਹੈਗਾ, ਉਹ ਕਈ ਵਾਰੀ ਤੁਹਾਡੀ ਜਿਹੜੀ ਸਿਚੁਏਸ਼ਨ ਹੋਈ ਉਹਨੂੰ ਹੋਰ ਵੀ ਜ਼ਿਆਦਾ ਕੰਪਲੀਕੇਟਡ ਕਰ ਦਿੰਦੇ ਹੈਗੇ ਨੇ। ਇਸ ਕਰਕੇ ਵੀ ਜਿਹੜਾ ਤੁਹਾਡਾ ਲੋਕਲ NRI ਕਮਿਸ਼ਨ ਹੈਗਾ, ਜਿਹੜਾ ਪੁਲਿਸ ਦਾ ਕਮਿਸ਼ਨ ਹੈਗਾ, ਈਵਨ ਕਿ ਜੇਕਰ ਹੋਰ ਨਹੀਂ ਕਿਤੇ ਮਿਲਦਾ ਹੈਗਾ, ਤੁਹਾਨੂੰ ਕੀ ਪਤਾ ਹੈਗਾ ਮੋਹਾਲੀ ਦੇ ਵਿੱਚ 7 ਫੇਸ ਦੇ ਵਿੱਚ ਉਹਨਾਂ ਦਾ ਹੈਡ ਆਫਿਸ ਹੈਗਾ, ਉੱਥੇ ਜਾ ਕੇ ਤੁਸੀਂ ਆਪਣੀ FIR ਕਰ ਸਕਦੇ ਹੈਗੇ ਵੀ ਸਾਡੇ ਨਾਲ ਇਹ ਨਜਾਇਜ਼ ਹੋਇਆ ਹੈਗਾ, ਆਹ ਧੱਕਾ ਹੋ ਰਿਹਾ ਹੈਗਾ, ਉਹਨਾਂ ਦੇ ਨੋਟਿਸ ਦੇ ਵਿੱਚ ਆਉਂਦੀ ਹੈਗੀ ਹੈ। ਉਸ ਤੋਂ ਬਾਅਦ ਜਿਹੜੀ ਹੈਗੀ ਹੈ ਮੋਸਟਲੀ ਹੁੰਦਾ ਹੈਗਾ ਵੀ ਤੁਸੀਂ ਜਿਹੜੀ ਤੁਹਾਡੀ ਐਮਬੈਸੀ ਹੈਗੀ ਆ ਉਹਨੂੰ ਜ਼ਰੂਰ ਕੰਟੈਕਟ ਕਰਨਾ ਚਾਹੀਦਾ ਹੈਗਾ ਵੀ ਮੇਰੇ ਨਾਲ ਇਹ ਹੋਈ ਹੈਗੀ ਹੈ, ਉਹਦੇ ਹਿਸਾਬ ਨਾਲ ਜੇ ਤੁਹਾਨੂੰ ਫੇਰ ਵੀ ਜ਼ਿਆਦਾ ਹੁੰਦਾ ਹੈਗਾ ਤੇ ਤੁਹਾਨੂੰ ਜਿਹੜਾ ਕੋਈ ਤੁਸੀਂ ਟਵੀਟ ਵੀ ਕਰ ਸਕਦੇ ਹੈਗੇ, ਜਿਹੜਾ ਲੋਕਲ ਤੁਹਾਡਾ ਉੱਥੇ ਜਿਹੜਾ ਐਮਬੈਸੀ ਆਪਣੀ ਇਹਦਾ ਹੈਗਾ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਦਾ ਟਵਿੱਟਰ ਹੈਂਡਲ ਹੈਗਾ, ਉਹਨਾਂ ਨੂੰ ਵੀ ਤੁਸੀਂ ਟਵੀਟ ਕਰ ਸਕਦੇ ਹੈਗੇ ਜਾਂ ਈਮੇਲ ਕਰ ਸਕਦੇ ਹੈ। ਸੁਖੀ ਜੀ, ਥੈਂਕ ਯੂ ਸੋ ਮਚ ਤੁਹਾਡੇ ਇਨ ਵਿਚਾਰਾਂ ਲਈ। ਗੱਲ ਤਾਂ ਇਹੀ ਬਣਦੀ ਹੈ ਨਾ, ਜੋ ਆਮ ਆਦਮੀ ਹੈ ਉਹਨਾਂ ਨੂੰ ਕਿਸ ਤਰ੍ਹਾਂ ਪਤਾ ਲੱਗੇ ਕਿ ਕੀ ਰੋਡ ਮੈਂ ਕਿਹਾ ਤੁਸੀਂ ਕਿਹਨੂੰ ਫੋਨ ਕਰਨਾ ਹੈ। ਲੋਕਾਂ ਨੂੰ ਲੱਗਦਾ ਕਿ ਉੱਥੇ ਤੁਹਾਡਾ ਕੋਈ ਦੋਸਤ ਹੈ, ਭਾਵੇਂ ਉਹ MLA ਹੋਏ, ਕੋਈ ਪੁਲਿਸ ਵਿੱਚ ਫਰੈਂਡ ਹੋਏ, ਉਹਨਾਂ ਨੂੰ ਤੁਸੀਂ ਫੋਨ ਕਰਕੇ ਕਰ ਸਕਦੇ ਹੋ, ਬਟ ਇਹ ਸਹੀ ਤਰੀਕਾ ਨਹੀਂ ਹੈ। ਇੱਕ ਕਲੀਅਰ ਸੋਲੂਸ਼ਨ ਹੋਣਾ ਚਾਹੀਦਾ ਹੈ ਹਰ ਇੱਕ ਪ੍ਰੋਬਲਮ ਲਈ ਜੋ NRI ਨੂੰ ਪੰਜਾਬ ਵਿੱਚ ਫੇਸ ਹੁੰਦੀ ਹੈ। ਜਿੱਦਾਂ ਮੈਂ ਪਹਿਲੇ ਕਿਹਾ, ਇਹ ਤਾਂ ਸਿਰਫ ਸਾਡਾ ਪਹਿਲਾ ਐਪੀਸੋਡ ਹੈ ਇਸ ਗੱਲ 'ਤੇ, ਇਸ ਟੋਪਿਕ 'ਤੇ ਤੁਹਾਡੇ ਲਈ ਪੂਰੀ ਸੀਰੀਜ਼ ਪ੍ਰੈਜੈਂਟ ਕਰਾਂਗੇ। ਮੈਂ ਪਰਸਨਲੀ ਇਸ ਚੀਜ਼ 'ਤੇ ਕਵਰੇਜ ਕਰਕੇ ਹੱਲ ਪੂਰੀ ਟੀਮ ਜਸ ਪੰਜਾਬੀ ਦੇ ਤੁਹਾਡੇ ਲਈ ਕੱਢੇਗੀ, ਅਤੇ ਤੁਸੀਂ ਵੀ ਆਪਣੇ ਐਕਸਪੀਰੀਅੰਸ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਕਿ ਕੀ ਚੀਜ਼ਾਂ ਤੁਹਾਨੂੰ ਸਭ ਤੋਂ ਜ਼ਿਆਦਾ ਪ੍ਰੋਬਲਮ ਕ੍ਰੀਏਟ ਕਰ ਰਹੀਆਂ ਪੰਜਾਬ ਵਿੱਚ NRI ਹੋ ਕੇ। info@justbroadcasting.com, ashmita@justbroadcasting.com। ਸਮਾਂ ਸਾਡੇ ਕੋਲ ਹੁਣ ਨਹੀਂ ਰਹਿ ਗਿਆ ਹੋਰ, ਬਟ ਇਸ ਗੱਲ 'ਤੇ ਆਪਾਂ ਰੁਕਦੇ ਹਾਂ। ਤੁਸੀਂ ਸਾਡੇ ਨਾਲ ਜੁੜੇ ਰਹੋ। ਸਤਿ ਸ਼੍ਰੀ ਅਕਾਲ।